ਕਿਤਾਬਾਂ ਰੱਖੀਆਂ ਸਾਰੀਆਂ ਪੁਰਾਣੀਆਂ। ਅੱਛਾ, ਆਹ ਫੋਟੋ ਜਿਹੜੀ ਇਹ ਬਾਬੇ ਨਾਨਕ ਦੀ ਆ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਾਬਾ ਮਰਦਾਨਾ ਮਰਦਾਨੇ ਉਹਦੇ ਬੈਠਿਆ, ਉਹੀ ਧੱਕੇ ਖਾ ਸਕਦੇ ਗਰੀਬ ਨੂੰ। अगे लोग 12 ਕੋਹ तो बाद नहीं जाते, 12 ਕੋਹ ते आके बंदा थक जाता। ਬਾਬਾ ਤੁਰਿਆ, ਬਾਬਾ ਘੋੜੇ ਤੇ ਚੜ੍ਹ ਕੇ ਜਾ ਸਕਦਾ ਸੀ। ਤੁਸੀਂ ਤਾਂ ਐਡੀ ਵੱਡੀ ਹਿੰਦ ਦੀ ਚਾਦਰ ਕਿਹਾ ਜਾਂਦਾ, ਸ਼ਹਾਦਤ ਤੇ ਹੀ ਸਵਾਲ ਕਰ ਰਹੇ ਹੋ। ਨਹੀਂ ਨਹੀਂ ਸਾਹਿਬ, ਐ ਮੈਂ ਨਾ ਅਸੀਂ ਜਿਹੜੀਆਂ ਗੱਲਾਂ ਬਹੁਤ ਵੱਡੀਆਂ ਕਰਤੀਆਂ ਸੀ ਵਧਾ ਕੇ, ਪਰ ਹਿੰਦ ਦੀ ਚਾਦਰ ਕਹਿਣਾ ਗੁਨਾਹ ਨਹੀਂ, ਕਿਉਂਕਿ ਕੋਈ ਬੰਦਾ ਬੋਲ ਨਹੀਂ ਸਕੋ। ਜਿਨ੍ਹਾਂ ਦਾ ਜਨੇਊ ਸੀ ਉਹ ਤਾਂ ਦਰਬਾਰ 'ਚ ਬੈਠੇ ਆ। ਸਭ ਤੋਂ ਭੈੜ ਗੱਲ ਕੀ ਸੀ ਵੀ ਜਿਨ੍ਹਾਂ ਦਾ ਜਨੇਊ ਹੈ ਉੱਚੀ ਸ਼੍ਰੇਣੀ ਆ, ਦਰਬਾਰ 'ਚ ਬੈਠੇ ਆ, ਮੰਦਰਾਂ 'ਚ ਬੈਠੇ ਨੂੰ ਪੈਸਾ ਮਿਲਦਾ, ਗਊਸ਼ਾਲਾ ਨੂੰ ਦਾਨ ਮਿਲਦਾ, ਔਰੰਗਜ਼ੇਬ ਤੋਂ ਮਿਲਦਾ, ਇਹ ਵੀ ਪੱਕੀ ਗੱਲ ਹੈ। ਤੁਸੀਂ ਇਸ ਗੱਲ 'ਚ ਬਿਲੀਵ ਨਹੀਂ ਕਰਦੇ ਵੀ ਕੋਈ ਸਪਿਰਚੁਅਲ ਐਨਲਾਈਟਨਮੈਂਟ ਹੁੰਦੀ ਹੈ? ਇਹ ਨਹੀਂ ਮੰਨਦੇ ਤੁਸੀਂ? ਹੁਣ ਬਾਲ ਗੋਬਿੰਦ ਰਾਏ 9 ਸਾਲ ਦੀ ਉਮਰ 'ਚ ਆਪਦੇ ਪਿਤਾ ਨੂੰ ਕਹਿ ਦਿੰਦੇ ਆ ਜਾਓ ਸੀਸ ਦਿਓ, ਤੁਹਾਡੇ ਤੋਂ ਵੱਧ ਕੌਣ ਹੋਊਗਾ? ਦੇਖੋ ਇਹ ਨਾ ਇਹ ਗੁਰਦੁਆਰਿਆਂ ਦੇ ਵਿੱਚ ਗੱਲਾਂ ਕੁਝ ਜ਼ਿਆਦਾ ਵਧਾ ਕੇ ਬਣਾ ਗੁਰੂ ਨਾਨਕ ਦੇ ਸਿੱਖ ਅੱਗੇ ਜਾ ਕੇ ਰਾਜੇ ਬਣੇ ਆ। ਆਹ ਆਪਣੇ 5 ਜਿਹੜੇ ਰਾਜੇ ਸੀ ਕਿਹੜੇ ਸੀ? ਆਪਣੇ ਮਾਲਵੇ ਦੇ 5 ਰਾਜੇ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੁੰਦੀ ਹੈ, ਇਹਨਾਂ ਪੰਜਾਂ ਨੂੰ ਤਾਂ ਬਾਅਦ ਚ ਗੱਲ ਕਰਦੇ ਆ। ਸਿਰਫ ਅਜੇ ਤੱਕ ਇੱਕੋ ਇੱਕ ਰਾਜ ਆ ਰਿਹਾ ਸੀ ਸਰ। ਹਾਂ, ਕਿ ਜੇ ਕਦੇ 500-700 ਵਰੇ ਮੁਗਲਾਂ ਨੂੰ ਰਾਜ ਹੁੰਦਾ ਫਿਰ ਪਤਾ ਲੱਗਣਾ ਸੀ ਜ਼ੁਲਮ ਕਿਵੇਂ। ਇਹ ਤਾਂ ਰਾਜ 40 ਸਾਲ ਰਿਹਾ। ਗੱਲਾਂ ਜਿਹੜੀਆਂ ਉਹ ਤਰਕ ਤੋਂ ਪਾਸੇ ਹੈ। ਤੁਸੀਂ 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 4 ਜਾਣੇ ਕਾਰ ਤੇ ਚੱਲੇ ਸੀ, ਐਕਸੀਡੈਂਟ ਹੋ ਗਿਆ, 3 ਮਰ ਗਏ, 1 ਬਚ ਗਿਆ, ਉੱਥੇ ਕਿਹੜਾ ਤਰਕ ਕੰਮ ਕਰਦਾ? ਉੱਥੇ ਕਿਹੜਾ ਲੌਜੀਕ ਕੰਮ ਕਰਦਾ? ਫਿਰ ਈਸਾ ਦੇ ਨਾਲ ਵੀ ਤਾਂ ਜੁੜੀ, ਈਸਾ ਮਸੀਹ ਦੇ ਨਾਲ ਉਹ ਵੀ ਝੂਠ ਮਾਰਦੇ ਨੇ ਵੀ ਮਦਰ ਮੈਰੀ। ਹਾਂ, ਸਭ ਝੂਠ ਮਾਰਦੇ ਨੇ। ਇੱਕ ਉਹਨਾਂ ਵੇਲਾਂ ਦੇ ਵਿੱਚ ਕਬੀਲਿਆਂ ਦੇ ਵਿੱਚ ਕੁਆਰੀਆਂ ਲੜਕੀਆਂ ਦੇ ਬੱਚੇ ਪੈਦਾ ਹੋ ਜਾਂਦੇ ਸੀ। ਹਾਂ, ਉਹ ਸੰਦੇ ਸੀ ਆਪਣੇ ਹੋਏ ਨੇ। ਹੁਣ ਇਹ ਕੀ ਪਤਾ ਵੀ ਕਿਹੜਾ ਸੱਚ ਹੈ? ਅੱਜ ਹੁਣ ਤੁਹਾਡੀ ਗੱਲ ਦਾ ਕੀ ਪਤਾ ਤੁਸੀਂ ਸੱਚ ਬੋਲਦੇ ਹੋ ਨਹੀਂ? ਅੱਜ ਲੁਧਿਆਣੇ ਆਏ ਆ, ਲੁਧਿਆਣੇ ਗਵਰਨਮੈਂਟ ਕਾਲਜ ਦੇ ਬਾਹਰ ਆ, ਔਰ ਗਵਰਨਮੈਂਟ ਕਾਲਜ ਦੇ ਸਾਹਮਣੇ ਆ ਫੋਨ ਤੇ ਖੜੇ ਬਜ਼ੁਰਗ ਜਿਹੜੇ ਗੱਲਾਂ ਕਰਦੇ ਆ ਸਾਰੇ ਜਾਣਦੇ ਆ, ਬਾਪੂ ਬਲਕੌਰ ਸਿੰਘ। ਔਰ ਆ ਪਿੱਛੇ ਜਿਹੜੀ ਬਿਲਡਿੰਗ ਹੈ ਇਹ ਮੇਰੇ ਖਿਆਲ ਅੰਗਰੇਜ਼ਾਂ ਦੇ ਜ਼ਮਾਨੇ ਦੀ ਲੱਗਦੀ ਹੈ। ਅੰਦਰ ਬਾਪੂ ਜੀ ਨਾਲ ਗੱਲ ਵੀ ਕਰਦੇ ਆ, ਪੁੱਛਦੇ ਹਾਂ, ਅੰਗਰੇਜ਼ਾਂ ਦੇ ਵੇਲੇ ਦੀ ਲੱਗਦੀ ਹੈ ਇਹ ਬਿਲਡਿੰਗ। ਸਤਿ ਸ਼੍ਰੀ ਅਕਾਲ ਬਾਪੂ ਜੀ। ਤਾਂ ਇਹ ਅੱਜ ਵੈਸੇ ਬੜੇ ਵਾਰੀ ਆਪਾਂ ਮਿਲ ਲੈਂਦੇ ਹਾਂ, ਘਰੇ ਤਾਂ ਆਏ ਆ, ਤੁਹਾਡਾ ਘਰ ਦਿਖਾਉਣਾ ਅੱਜ। ਓਕੇ, ਘਰ ਵੀ ਕਮਾਲ ਦਾ ਬਾਪੂ ਬਲਕੌਰ ਸਿੰਘ ਹੋਣਾ ਦਾ, ਹਨਾ? ਬੈਠੇ ਬੈਠੇ ਤੇ ਇਹ ਹੁਣ ਜਦੋਂ ਆਕਸੀਜਨ ਵਾਸਤੇ ਤੜਫ ਰਹੇ ਹਾਂ ਅਸੀਂ, ਤੁਸੀਂ ਦੇਖੋ ਸੁਭਾਵਕ ਬੈਠਦੇ ਆਪਾਂ ਇੱਥੇ, ਤੇ ਇੱਥੇ ਆਕਸੀਜਨ ਵਾਲਾ ਪੂਰਾ ਤੁਸੀਂ ਜੁਗਾੜ, ਕਿਉਂਕਿ ਨੈਚੁਰਲ ਹੈ ਸਾਰੇ। ਹਾਂਜੀ, ਮੈਂ ਦੱਸਾਂ ਤੁਹਾਨੂੰ, ਆਪਣੇ ਕੋਲੇ ਨਾ ਆਪਣਾ ਜਿਹੜਾ ਦੋਸਤ ਗਿਆ ਹੈ, ਹਾਂਜੀ, ਇਹ ਵੀ ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਰਿਟਾਇਰ ਹੈ। ਅੱਛਾ, ਇਹ ਮੇਰੇ ਕੋਲੇ ਆਇਆ। ਹਾਂਜੀ, ਤੇ ਮੈਂ ਕਿਹਾ ਬਾਈ ਜੀ ਡਰਾਇੰਗ ਰੂਮ 'ਚ ਬਹਿਣਾ? ਹਾਂ, ਪਤਾ ਸਾਰੇ ਰੂਮਾਂ 'ਚ ਹੀ ਬੈਠੇ ਹਾਂ। ਹਾਂ, ਮੈਂ ਕਿਹਾ ਤੇਰੀ ਠੀਕ ਆ, ਅਰੇ ਆਪਾਂ ਤਾਂ ਮੁੰਜਾ ਇੱਥੇ ਉਡਾਵਾਂਗੇ ਬਾਹਰ। ਹਾਂ, ਮੈਂ ਕਿਹਾ ਵੈਰੀ ਗੁੱਡ, ਉਹ ਫਿਰ ਅਸੀਂ ਕੁਰਸੀਆਂ ਨਾ ਇੱਥੇ ਕਰਦੇ। ਮੈਂ ਚਾਰ ਕੋਈ ਥੋੜਾ ਬਿਲਡਿੰਗ ਬੜੀ ਇੰਟਰਸਟਿੰਗ ਹੈ ਇਹ। ਹਾਂ, ਇਹ ਹੈ ਨਾ, ਇਹ ਕਿੰਨੀ ਪੁਰਾਣੀ ਹੈ ਜੀ? ਇਹ ਨਾ 92 ਸਾਲ ਪੁਰਾਣੀ ਹੈ। 92 ਸਾਲ ਪੁਰਾਣੀ, ਮਤਲਬ ਅੰਗਰੇਜ਼ਾਂ ਵੇਲੇ ਦੀ ਹੋਗੀ। ਮਤਲਬ ਕਿ 1929 ਤੇ 30 ਕਿਤਾਬਾਂ ਰੱਖੀਆਂ ਸਾਰੀਆਂ ਪੁਰਾਣੀਆਂ। ਅੱਛਾ, ਆ ਫੋਟੋ ਜਿਹੜੀ ਇਹ ਬਾਬੇ ਨਾਨਕ ਦੀ ਆ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਾਬਾ ਮਰਦਾਨਾ ਮਰਦਾਨੇ ਉਹਦੇ ਬੈਠਿਆ, ਉਹੀ ਧੱਕੇ ਖਾ ਸਕਦੇ ਗਰੀਬ ਨਾਲ।
ਤੁਹਾਨੂੰ ਤਾਂ ਕਹਿੰਦੇ ਤੁਸੀਂ ਕਾਮਰੇਡ ਹੋ ਨਾਸਤਕ ਹੋ ਕੰਨ ਨੂੰ ਕੀ ਪਤਾ ਵੀ ਕਾਮਰੇਡ ਤੇ ਨਾਸਤਕ ਤੁਸੀਂ ਬਾਬੇ ਨਾਨਕ ਦੀ ਤਸਵੀਰ ਰੱਖੀ ਹੈ ਘਰ ਚ ਉਹਨੂੰ ਨਹੀਂ ਪਤਾ ਜੀ ਅਸੀਂ ਬਾਬੇ ਨਾਨਕ ਨੂੰ ਅਸੀਂ ਸਮਝਦੇ ਆ ਦੂਜੇ ਤਾਂ ਕੋਈ ਸਮਝ ਨਹੀਂ ਸਕਦਾ ਕੱਟੜ ਬੰਦੇ ਥੋੜਾ ਸਮਝਦੇ ਆ ਹਾਂ ਉਹ ਤਾਂ ਸਿਰ ਮੱਥਾ ਟੇਕਦੇ ਤੇ ਪੂਜਾ ਖਾਂਦੇ ਆ ਤੁਸੀਂ ਸਮਝਦੇ ਹੋ ਅਸੀਂ ਕਹਿੰਦੇ ਬਾਬਾ ਸਾਡੇ ਨੂੰ ਦੁੱਖ ਭੋਗਦਾ ਉਹ ਕਿਵੇਂ ਉਹ ਰਾਜਿਆਂ ਨੂੰ ਕੁੱਤੇ ਕਹਿੰਦਾ ਸ਼ੀਂ ਕਹਿੰਦਾ ਹਾਂ ਬਿਊਰੋਕਰੇਸੀ ਨੂੰ ਕੁੱਤੇ ਮੁਕੱਦਮ ਕਹਿੰਦੇ ਬਿਊਰੋਕਰੇਸੀ ਉਹ ਤਾਂ ਮੋਨਾਰਕੀਕਲ ਸਿਸਟਮ ਹਾਂ ਉਹਨਾਂ ਨੂੰ ਕੁੱਤੇ ਕਿਹਾ ਜਾਇਜ਼ ਗਏ ਨੂੰ ਬੈਠੇ ਸੁੱਤੇ ਹਾਂ ਚਾਕਰ ਨਾਉਂਦਾ ਪੈਂਦਾ ਕਹੋ ਰੱਤ ਪਿੱਤ ਕੁੱਤੇ ਚੱਟ ਲੈ ਜਾਓ ਐਡੀ ਸਖ਼ਤ ਭਾਸ਼ਾ ਕੋਈ ਬੋਲ ਸਕਦਾ ਇਹ ਬਾਬਾ ਨਾਨਕ ਕੀ ਬੋਲ ਸਕਦਾ ਕਮਾਲ ਹੈ ਅਦਾ ਰੱਤ ਪਿੱਤ ਕੁੱਤੇ ਹੋ ਹਾਂ ਚੱਟ ਲੈ ਜਾਓ ਅਦਾ ਛੱਡਿਓ ਨਾ ਅਦਾ ਕੀ ਕੀ ਥੋੜੀ ਚਰਬੀ ਕੀ ਰੱਤ ਕੀ ਪਿੱਤ ਸਭ ਚੱਟ ਕੇ ਇਹ ਹੁਣ ਲਾਗੂ ਹੋਈ ਜਾਂਦਾ ਪੂਰੀ ਤਰ੍ਹਾਂ ਹੁਣ ਲਾਗੂ ਹੈ ਅੱਜ ਤੱਕ ਬਾਬੇ ਬੜੇ ਤਾਂ ਫਿਰ ਕੋਈ ਨਾ ਕੋਈ ਇੱਕ ਤਾਂ ਭਲਾ ਲੋਕ ਹੋਣਾ ਹੈ ਹੁਣ ਤਾਂ ਇਹ ਹਰੇਕ ਬੰਦਾ ਕਹਿੰਦਾ ਨਾ ਜੀ ਮੈਂ ਤਾਂ ਖਾਣਾ ਹੀ ਬੰਦੇ ਦਾ ਮਾਸ ਹੈ ਬਿਲਕੁਲ ਹਾਂਜੀ ਮੋਦੀ ਮੋਦੀ ਹੋਈ ਜਾਂਦੀ ਹੈ ਮੋਦੀ ਮੋਦੀ ਉਡਾਤੀ ਫੱਕੀ ਇਹਨਾਂ ਨੇ ਜਿੰਨੀ ਵੀ ਕਹਿ ਦੀ ਉਡੀ ਹਾਂ ਹਾਂ ਹੁਣ ਹੁਣ ਵੀ ਲੋਕ ਜਾਗਣਗੇ ਚਿੰਤਨ ਚਾਹੁਣਗੇ ਉਹ ਮਹਿਸੂਸ ਕਰਨਗੇ ਵੀ ਸਭ ਕੁਛ ਅਸੀਂ ਜਾਗਾਂਗੇ ਤਾਂ ਜੀਵਾਂਗੇ ਜੇ ਨਾ ਜਾਗੇ ਤੇ ਫਿਰ ਇਹ ਕਾ ਬਹੁਤ ਵੱਡੇ ਘਰਾਣੇ ਦੇ ਸ਼ਿਕਾਰ ਹੋ ਜਾਣ ਅਸੀਂ ਕੁਰਸੀਆਂ ਇੱਥੇ ਇਹ ਕੁਰਸੀਆਂ ਵੀ ਤੁਸੀਂ ਖਾਸ ਬਣਵਾਈਆਂ ਉਦੋਂ ਦੀਆਂ ਹੀ ਆ ਅੱਛਾ ਇਹ ਉਦੋਂ ਦੀਆਂ ਹੀ ਆ ਇਹ ਕੀ ਬਾਤ ਹੈ ਤੇ ਇਨਸਾਫ ਸ਼ਬਦ ਦੇ ਵਿੱਚ ਆਪਾਂ ਨੂੰ ਵਰਤਣੀ ਗਲਤ ਹੈ ਕੋਈ ਕੰਮ ਨਹੀਂ ਕਰਨਾ ਪੁਲਿਸ ਨੂੰ ਆਪਣੇ ਢੰਗ ਨਾਲ ਵਰਤਿਆ ਜਾਂਦਾ ਜਿਹਦੇ ਮਰਜ਼ੀ FIR ਦਰਜ ਕਰ ਦਿਓ ਜਿਹਦੀ ਮਰਜ਼ੀ ਕੈਂਸਲ ਕਰ ਦਿਓ ਜਦੋਂ ਕੈਂਸਲ ਕਰਨੀ ਕਿਸੇ ਨੂੰ ਪੁੱਛਣਾ ਜਦੋਂ ਦਰਜ ਕਰਨੀ ਹੈ ਕਿਸੇ ਨੂੰ ਨਹੀਂ ਪੁੱਛਣਾ ਤੁਸੀਂ ਇੱਕ ਵਾਰ ਕਿਹਾ ਸੀਗਾ ਕਿ ਬਿਊਰੋਕਰੇਸੀ ਚਾਰ ਜਿਹੜੇ ਥੰਮ ਨੇ ਜਿਹੜੇ ਨਾ ਇੱਕ ਜਿਵੇਂ ਕਹਿੰਦੇ ਧਰਮ ਦੇ ਚਾਰ ਪਾਵੇ ਆ ਅਤੇ ਮੈਂ ਕਹਿੰਦਾ ਵੀ ਅੱਤਿਆਚਾਰ ਦੇ ਵੀ ਚਾਰ ਪਾਵੇ ਨੇ ਅੱਛਾ ਹਾਂ ਉਹ ਜਿਹੜੀ ਬਿਊਰੋਕਰੇਸੀ ਹਾਂ ਥੀਓਕਰੇਸੀ ਅਰਿਸਟੋਕਰੇਸੀ ਥੀਓਕਰੇਸੀ ਕੀ ਹੁੰਦਾ ਧਰਮਤੰਤਰ ਵਪਾਰੀ ਉਹ ਨਾ ਪੁਜਾਰੀ ਅੱਛਾ ਹਾਂ ਅਰਿਸਟੋਕਰੇਸੀ ਹਾਂ ਇਹ ਡੈਮੋਕਰੇਸੀ ਦੇ ਦੁਸ਼ਮਣ ਨੇ ਇਹ ਅਦਰਵਾਈਜ਼ ਵਪਾਰੀ ਅਧਿਕਾਰੀ ਪੁਜਾਰੀ ਅਤੇ ਦਰਬਾਰੀ ਇਹ ਚਾਰੇ ਮਨੁੱਖਤਾ ਦੇ ਦੁਸ਼ਮਣ ਨੇ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਮਨੁੱਖ ਤਰੱਕੀ ਕਰੇ ਇਹ ਗੁਲਾਮੀ ਦੇ ਪਹਿਰੇਦਾਰ ਦਿਨ ਰਾਤ ਉਹ ਮਾਇਆ ਇਕੱਠੀ ਕਰਨ 'ਤੇ ਮਾਇਆ ਆਪਣੇ ਆਪ ਹੀ ਆਉਂਦੀ ਹੈ ਜੀ ਜਿੰਨਾ ਗੁਆਂਢੀ ਜਿੰਨਾ ਮਨੁੱਖ ਗਰੀਬ ਹੋਊ ਉਨੇ ਤਕੜੇ ਹੋ ਜਾਣਗੇ ਇਹਨਾਂ ਕੋਲ ਉਨੀ ਮਾਇਆ ਜੀ ਫਿਰ ਇਹਨਾਂ ਇਹ ਲੋਕ ਚੇਤਨ ਕਿਉਂ ਨਹੀਂ ਹੁੰਦੇ ਗਿਆਨ ਕਿਉਂ ਨਹੀਂ ਆਉਂਦਾ ਚੇਤਨਾ ਜਿਹੜੀ ਹੈ ਨਾ ਚੇਤਨਾ ਕੁੱਟਣ ਨਾਲ ਨਹੀਂ ਆਉਂਦੀ ਹੁੰਦੀ ਚੇਤਨਾ ਤਾਂ ਵਿੱਦਿਆ ਨਾਲ ਆਉਂਦੀ ਹੁੰਦੀ ਹੈ ਅਤੇ ਵਿੱਦਿਆ ਖੋਲੋ ਸੰਸਥਾਵਾਂ ਬੰਦ ਕਰ ਤੁਹਾਡੇ ਸਾਹਮਣੇ ਨਹੀਂ ਬਿਲਕੁਲ ਉਹ ਜਿੰਨਾ ਕੁ ਜਿੰਨੇ ਕੁ ਖੁੱਲ੍ਹੇ ਸੀ ਉਨੀ ਕੁ ਤੁਹਾਨੂੰ ਚੇਤਨਾ ਆਈ ਹੈ ਹਾਂ ਜਿੰਨਾ ਕੁ ਖੁੱਲ੍ਹਿਆ ਉਨੀ ਕੁ ਚੇਤਨਾ ਆਈ ਜੇ ਨਹੀਂ ਖੁੱਲ੍ਹਿਆ ਤਾਂ ਚੇਤਨਾ ਤੋਂ ਬਾਹਰ ਵੀ ਹੈ 100 ਸਾਲ ਦੇ ਵਿੱਚ ਕਿੰਨੇ ਕੁ ਬੰਦੇ ਕਾਲਜ ਦੇ ਵਿੱਚੋਂ ਪੈਦਾ ਹੋਏ ਨੇ ਥੋੜ੍ਹੇ ਪੈਦਾ ਹੋਏ ਨੇ ਵਿਗਿਆਨੀ ਘੱਟ ਸਮਾਜ ਸ਼ਾਸਤਰੀ ਘੱਟ ਇੱਕ ਵੀ ਬੰਦਾ ਦਾਰਸ਼ਨਿਕ ਪੈਦਾ ਨਹੀਂ ਹੋਇਆ ਕੋਈ ਬੰਦਾ ਥਿਓਲੋਜਿਸਟ ਨਹੀਂ ਪੈਦਾ ਹੋਇਆ ਕੋਈ ਸੋਸ਼ੋਲੋਜਿਸਟ ਨਹੀਂ ਪੈਦਾ ਹੋਇਆ ਕੋਈ ਸਿੱਖਿਆ ਸ਼ਾਸਤਰੀ ਐਜੂਕੇਸ਼ਨਿਸਟ ਨਹੀਂ ਪੈਦਾ ਹੋਇਆ ਸਿਰਫ BA ਤੱਕ ਦੀ 2x4 ਅਤੇ 4x5 ਕਰੀ ਜਾਂਦੀ ਉਹਦਾ ਕੋਈ ਫਾਇਦਾ ਨਹੀਂ ਪੜ੍ਹਾਈਆਂ ਅਸੀਂ ਕਰੀ ਜਾਂਦੇ ਵਿਵੇਕ ਵਿੱਦਿਆ ਪੜ੍ਹਾਈ ਕੀ ਹੁੰਦੀ ਹੈ ਕਿਸੇ ਸਬਜੈਕਟ ਦਾ ਅਧਿਐਨ ਕਰਨਾ ਫਿਰ ਉਹਦੇ ਵਿੱਚੋਂ ਤੱਥ ਪੈਦਾ ਕਰਨੇ ਤੱਥ ਫਿਰ ਉਹਦੇ ਵਿੱਚੋਂ ਸੱਚ ਨਖੇਰਨਾ ਫਿਰ ਤਰਕ ਦੇ ਨਾਲ ਵਿਵੇਕ ਪੈਦਾ ਕਰਨਾ ਫਿਰ ਮਨੁੱਖ ਨੇ ਅੱਗੇ ਵਿਵੇਕ ਪੈਦਾ ਹੁੰਦਾ ਉਹ ਤਾਂ ਵਿੱਦਿਆ ਦਿੰਦੀ ਨਹੀਂ ਆਪਾਂ ਨੂੰ ਉਹ ਆਖਦੇ ਵੀ ਤੁਸੀਂ ਬਸ ਜੋ ਅੰਗਰੇਜ਼ ਨੇ ਲਿਖਤਾ ਉਹ ਸਭ ਕੁਝ ਸੱਚ ਹੈ ਉਹਨੇ ਆਪਾਂ ਨੂੰ ਕੀ ਕੀਤਾ ਗਰੀਬ ਕਰਨ ਦੇ ਲਈ ਮਾਨਸਿਕ ਤੌਰ 'ਤੇ ਗੁਲਾਮ ਕਰਨ ਦੇ ਲਈ ਇਹੀ ਕਹਿੰਦਾ ਸ਼ੇਕਸਪੀਅਰ ਸਭ ਤੋਂ ਵੱਡਾ ਕਵੀ ਹੈ ਅਸੀਂ ਮਿਲਣੇ ਪੜ੍ਹੀ ਜਾਂਦੇ ਹਾਂ ਅਸੀਂ ਪੜ੍ਹੀ ਜਾਂਦੇ ਸਭ ਤੋਂ ਵੱਡਾ ਕਵੀ ਹੈ ਸਭ ਤੋਂ ਵੱਡਾ ਕਵੀ ਹੈ ਕਿਵੇਂ ਵੱਡਾ ਇਹ ਕੋਈ ਪਤਾ ਨਹੀਂ ਪੈਮਾਨਾ ਕੀ ਹੈ ਪੈਮਾਨਾ ਕੀ ਹੈ ਜਦੋਂ ਉਹਨੂੰ ਪੜ੍ਹਿਆ ਵੀ ਫਰੇਲਟੀ ਦਾਈ ਨੇਮ ਇਜ਼ ਵੀ ਮੈਨ ਹਾਂ ਚੰਚਲ ਹਾਰ ਦਾ ਤੇਰਾ ਨਾਂ ਜਨਾਨੀ ਹੈ ਜਨਾਨੀਆਂ ਨੂੰ ਵੀ ਸ਼ੇਕਸਪੀਅਰ ਨਫ਼ਰਤ ਕਰਦਾ ਬਾਰੇ ਸ਼ਾਹ ਵੀ ਨਫ਼ਰਤ ਕਰਦਾ ਵਾਰਸ ਰਨ ਫਕੀਰ ਤਲਵਾਰ ਘੋੜਾ ਚਾਰੇ ਠੋਕਣਾ ਕਿਸੇ ਦੇ ਯਾਰ ਹੁੰਦੇ ਅੱਛਾ ਹਾਂ ਮਿਰਜ਼ਾ ਵਾਲਾ ਪੀਲੂ ਆ ਉਹਦਾ ਪੁੱਛਿਓ ਕੁਛ ਨਾ ਕਿਵੇਂ ਹੈਂ ਰੰਨਾਂ ਚੰਚਲ ਹਾਰੀਆਂ ਅਤੇ ਚੰਚਲ ਕੰਮ ਕਰੇ ਨੂੰ ਦਿਨੇ ਡਰਨ ਪਰਛਾਵਿਆਂ ਅਤੇ ਰਾਤੀ ਨਦੀ ਤਰੇ ਨੂੰ ਹੈਂ
भगती मूवमेंट उस वक्त चिंतन की मूवमेंट सी रासता बगावत की मूवमेंट सी धर्म कर्मकांड की विरोध की मूवमेंट सी चेतना पैदा करती सी। हालांकि बाबे होरां दे मगर सारा हिंदुस्तान पै गया सी। बाबे होरी कोई चंगे बंदे नहीं मन्ने गए। अच्छा बेटा बाबे होरी तो उन्होंने निशाने ते सी। बाबा तो खुद कहिंदा कोई आखे भूतना कोई कहे बताला भया दीवाना शाह पै नानक बौराना जद कहने फिर तो भकाई मारदा जी। बाबे नूं की पता है बाबे ने तो आपदी आप ही गल कहती बाबा जो कह गया वो कह गया। देखो उहदी चिंतन सी अरबी फारसी संस्कृत हिंदी सिंधी ब्रज ब्रिज भाषा किनिया भाषावां जानदी राजस्थानी जिथे बोलता लग जाता फट चकंदा सी। ठीक है ना उस वक्त अरबी फारसी का होना पर तुसीं मंदे हो भी ये जिहड़ी ये आमद कुदरती तौर ते हुई हुंदी है। नहीं कुदरती नहीं हुंदी संसार दे विच ना ना कुदरत वाली इहो जी कुदरत अपना रोल आपां हां पावां ना कुदरत ने अपना रोल उहदा करी जाणा है। विद्वान छब्बी छब्बी भाषावां दे विद्वान सी डॉक्टर विलियम जॉनसन सी ना डॉक्टर विलियम जॉन्स छब्बी भाषावां जानदा सी। ਭਾਈ ਲਾ ਲਓ ਵਿਨੋਬਾ ਭਾਵੇ 14 ਜਾਣਦਾ ਸੀ। ਠੀਕ ਹੈ ਨਾ ਭਾਸ਼ਾਵਾਂ ਜਾਣਨਾ ਫਿਰ ਭਾਸ਼ਾਵਾਂ ਦੇ ਅੱਗੇ ਹੁਣ ਬਾਬਾ ਧਰਮ ਦਾ ਵਿਦਿਆਰਥੀ ਸੀ। ਤੁਹਾਨੂੰ ਲੱਗਦਾ ਪੜ੍ਹਿਆ ਬਾਬਾ ਜੀ ਨੇ? ਬਾਬਾ ਪੜ੍ਹੇ ਬਹੁਤ ਬਹੁਤ ਉਹਦੇ ਸਾਹਮਣੇ ਭਾਸ਼ਾ ਬੋਲਦੀ ਹੈ ਯਾ ਕਰਜ਼ ਗੁਫਤਮ ਕੋ ਕੁਨ ਕਰਤਾਰ। ਪਰ ਤੁਹਾਡੀ ਇਹ ਗੱਲ ਬਹੁਤ ਜਿਹੜੀ ਹੈ ਕਨਫਲਿਕਟਿੰਗ ਗੱਲ ਹੈ ਜਿਹੜੀ ਆਮ ਧਾਰਨਾ ਨਹੀਂ ਨਹੀਂ ਧਾਰਨਾ ਤੇ ਤੁਹਾਡੀ ਇਹ ਗੱਲ ਧਾਰਨਾ ਬਣਾਉਣੀ ਗੱਲ ਹੋਰ ਹੈ। ਹਾਂ ਧਾਰਨਾ ਕੀ ਜਿਹੜਾ ਆਮ ਮੰਨੇ ਆਮ ਪ੍ਰਚਲਿਤ ਜਿਹੜੇ ਸੈਂਟੀਮੈਂਟਸ ਨੇ ਉਹ ਤਾਂ ਇਹੀ ਮੰਨਦੇ ਆ ਸੈਂਟੀਮੈਂਟਸ ਵੀ ਗੁਰੂ ਸਾਹਿਬ ਮੈਂ ਵੀ ਇਹੀ ਮੰਨਦਾ ਵੀ ਉਹ ਇਨਲਾਈਟਨਡ ਜਮਾਤੀ ਉਹ ਨੇ ਜਮਾਂਦਰੂ ਆਏ। ਹਾਂ ਮੈਂ ਵੀ ਇਹ ਮੰਨਦਾ ਮੇਰੇ ਵੀ ਇਹ ਬਿਲੀਫ ਹੈ ਸਾਰੇ ਕਹਿੰਦੇ ਨਾ ਕਿਉਂਕਿ ਆਪਾਂ ਨਿੱਕੇ ਹੁੰਦਿਆਂ ਨੂੰ ਇਹ ਸੁਣਦੇ ਆ। ਮੈਂ ਵੀ ਕਿਸੇ ਵਕਤ ਅੱਜ ਤੋਂ 40 ਵਰੇ ਪਹਿਲਾਂ ਮੈਂ ਮੰਨਦਾ ਹੁੰਦਾ ਸੀ ਵੀ ਬਾਬਾ ਤਾਂ ਜੀ ਕਮਾਲ ਹੈ ਜਮਾਂਦਰੂ ਏਡਾ ਵਿਦਵਾਨ ਜਮਾਂਦਰੂ ਇੰਨਾ ਪੜ੍ਹਿਆ ਲਿਖਿਆ ਕਮਾਲ ਹੈ। ਹੈਂ ਉੱਠਦਿਆਂ ਸਾਰੇ ਪੁੱਛਿਆ ਵੀ ਹਾਂ ਵੀ ਹੰਕਾਰ ਕੀ ਚੀਜ਼ ਹੈ ਆ ਮੈਂ ਜਨੇਊ ਨਹੀਂ ਪਾਉਣਾ। ਹਾਂ 6 ਸਾਲ ਦਾ ਬੱਚਾ ਕਵੇ ਠੀਕ ਹੈ ਨਾ ਅਤੇ ਪਰ ਜਿਵੇਂ ਜਿਵੇਂ ਉਹਨੂੰ ਪਤਾ ਲੱਗਿਆ ਹੌਲੀ ਹੌਲੀ ਆਪਾਂ ਵੀ ਕਈ ਵਾਰੀ ਮਾਂ ਬਾਪ ਨੂੰ ਕਹਿੰਦੇ ਚੰਗਾ ਹੀ ਲੱਗਦਾ ਮੈਂ ਨਹੀਂ ਕਰਨਾ। ਇਹ ਪੱਕੀ ਗੱਲ ਹੈ ਹਰ ਬੰਦੇ 'ਚ ਕਰਿਓਸਟੀ ਹੁੰਦੀ ਹੈ ਬਾਬੇ ਨਾਲ 'ਚ ਵੀ ਕਰਿਓਸਟੀਆਂ ਹੈਗੀਆਂ। ਤਰਕ ਸੀ ਫਿਰ ਤਰਕ ਵਾਲੀ ਗੱਲ ਕੀਤੀ ਉਹਨੇ ਵੇਖ ਕਦੇ ਕੋਈ ਇਹੋ ਜਿਹੀ ਬਾਣੀ 'ਚ ਗੱਲ ਕੀਤੀ ਜਿਹਦੀ ਅੰਨੀ ਸ਼ਰਧਾ ਹੋਵੇ ਨਾ ਇੱਕ ਵੀ ਨਹੀਂ ਉਹਦਾ ਪਹਿਲਾਂ ਮੰਨੋ ਕਦੋਂ ਪਹਿਲਾਂ ਜਾਣੋ ਉਹਦਾ। ਪਰ ਦੇਖੋ ਤੁਸੀਂ ਬਾਇਓਲੋਜੀ ਦੀ ਗੱਲ ਕੀਤੀ ਜ਼ੂਲੋਜੀ ਦੀ ਗੱਲ ਕੀਤੀ ਐਸਟ੍ਰੋਨੋਮੀ ਦੀ ਗੱਲ ਕੀਤੀ ਉਹਨਾਂ ਨੇ ਹਰ ਐਰੋਨੋਟਿਕਸ ਦੀ ਗੱਲ ਕੀਤੀ ਬਿਲਕੁਲ ਹਾਂ ਬਿਲਕੁਲ ਕੀਤੀ ਹੈ ਨਾ। ਹਾਂ ਉਹ ਅਧਿਐਨ ਸੀ ਉਹ ਸਾਰਾ ਅਧਿਐਨ ਇਟਲੀ ਜਦੋਂ ਦੁਨੀਆ ਨੂੰ ਪਤਾ ਹੀ ਨਹੀਂ ਸੀ ਜਿਹੜੀਆਂ ਚੀਜ਼ਾਂ ਦਾ ਇਟਲੀ ਤੁਰਕੀ ਅਤੇ ਮਿਸਰ ਦੇ ਵਿੱਚ ਇਹਨਾਂ ਦਾ ਗੱਲਾਂ ਦਾ ਕਾਫੀ ਗਿਆਨ ਸੀ। ਹਾਂ ਅਤੇ ਬਾਬਾ ਉੱਧਰ ਤੱਕ ਪਹੁੰਚਿਆ ਹੋਇਆ ਸੀ ਜਦੋਂ ਬਾਬਾ ਇਰਾਨ ਤੱਕ ਇਰਾਨ ਵਿੱਦਿਆ ਦਾ ਕੇਂਦਰ ਸੀ। ਹਾਂ ਇਹ ਵੀ ਪੱਕੀ ਗੱਲ ਹੈ ਇਰਾਨ ਵਿੱਦਿਆ ਦਾ ਕੇਂਦਰ ਸੀ ਯੂਰਪ ਨਹੀਂ ਸੀ ਉਸ ਵਕਤ ਯੂਰਪ ਬਾਅਦ ਚ ਆਉਣਾ ਉਸ ਤੋਂ ਪਹਿਲਾਂ ਯੂਨਾਨ ਕੇਂਦਰ ਸੀ। ਹਾਂ ਜਦੋਂ ਬੋਧੀ ਰਾਜੇ ਆਪਣੇ ਹੋਏ ਨੇ ਉਦੋਂ ਆਪਾਂ ਵੀ ਕੇਂਦਰ ਸੀ ਆਪਾਂ ਵੀ ਵਿੱਦਿਆ ਦਾ ਕੇਂਦਰ ਰਹੇ ਹਾਂ। ਹਾਂ ਪਰ ਠੀਕ ਹੈ ਵੀ ਆਪਾਂ ਪਿਛਲੇ ਘੱਟੋ ਘੱਟ 12.5 ਸੰਘੋਲ ਦੀ ਗੱਲ ਹੈ ਬਹੁਤ ਵੱਡਾ ਬੋਧੀ ਮੱਠ ਸੀ ਯੂਨੀਵਰਸਿਟੀਆਂ ਬਣਾਈਆਂ ਸੀ ਬੋਧੀਆਂ ਨੇ ਤਕਸ਼ਲਾ ਨਲੰਦਾ ਅਤੇ ਸਾਰਨਾਥ। ਪਰ ਗੁਰੂ ਸਾਹਿਬ ਨੇ ਕਲੀਅਰ ਕੀਤੀਆਂ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੁਨੀਆ ਉਹ ਆਈ ਟੀ ਕਰੋ ਸੀ ਨਾ ਪਹਿਲਾਂ ਦੇਖੋ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ ਗੁਰੂ ਸਾਹਿਬ ਨੇ ਕਲੀਅਰ ਕਰਤੀ ਹੈ ਉਦੋਂ ਪਹਿਲਾਂ ਲੋਕਾਂ ਨੂੰ ਨਹੀਂ ਪਤਾ ਨਹੀਂ ਨਹੀਂ ਆਮ ਬੰਦੇ ਤਾਂ ਨਹੀਂ ਪਤਾ ਸੀ ਫਿਰ ਬਾਬਾ ਅਧਿਐਨ ਕਰਦਾ ਅਧਿਐਨ ਬਾਰ ਬਾਰ ਪੜ੍ਹਿਆ ਵੀ ਜੀਵ ਹੈ ਇੰਨਾ ਕੁ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਇਸ ਜੀਵ ਵਿੱਚ ਜੀਵ ਹੈ ਆਪਾਂ ਦਾਣਾ ਖੋਲਦੇ ਵਿਆਹ ਪਿਆ ਭਾਈ ਜੀ ਧਰਤੀ ਹੋਰ ਪਰੇ ਹੋਰ ਹੋਰ ਗੁਰੂ ਸਾਹਿਬ ਨੇ ਕਲੀਅਰ ਕਰਤਾ ਕਿਉਂ ਕੀਤਾ ਪਤਾ ਹੀ ਨਹੀਂ ਸੀ ਲੋਕਾਂ ਨੂੰ ਨਹੀਂ ਗਿਆ ਤੁਰ ਕੇ ਗਿਆ ਸੀ ਨਾ ਅੱਗੇ ਲੋਕੀ 12 ਕੋਹ ਤੋਂ ਬਾਅਦ ਨਹੀਂ ਜਾਂਦੇ ਸੀ 12 ਕੋਹ ਤੇ ਆ ਕੇ ਬੰਦਾ ਥੱਕ ਜਾਂਦਾ ਬਾਬਾ ਤੁਰਿਆ ਬਾਬਾ ਘੋੜੇ ਤੇ ਵੀ ਚੜ੍ਹ ਕੇ ਜਾ ਸਕਦਾ ਸੀ ਬਾਬੇ ਦੇ ਤਾਂ ਪੈਰਾਂ 'ਚ ਵਿਆਹੀਆਂ ਪਾਟ ਗਈਆਂ ਸੀਗੀਆਂ ਵਿਚਾਰੇ ਦੇ ਇਹਦਾ ਧੰਨ ਹੈ ਮੈਨੂੰ ਸਮਝ ਨਹੀਂ ਆਉਂਦੀ ਮਰਦਾਨਾ ਕਿਵੇਂ ਉਹਦੇ ਨਾਲ ਕੱਟ ਗਿਆ
ਦੋਨੇ ਕੁਝ ਕਿ ਬਰਾਬਰ ਤੁਰਿਆ ਮਰਦਾ ਬਰਾਬਰ ਤੁਰਿਆ ਬਾਜੀ ਬਾ ਬਗਾ ਬਕਾਇਦਾ ਬਾਬੇ ਦੀ ਗੱਲ ਦੇ ਵਿੱਚ ਸੰਗੀਤ ਦੇਣ ਵਾਲਾ ਹੀ ਉਹ ਸੀ ਜੇ ਬਾਬੇ ਨੂੰ ਗੱਲ ਆਉਂਦੀ ਹੈ ਵਿਚਾਰ ਆਉਂਦਾ ਅਕਸਰ ਇਹ ਕਿਹਾ ਜਾਂਦਾ ਵੀ ਗੁਰੂ ਸਾਹਿਬ ਕਈ ਵਾਰੀ ਕਹਿੰਦੇ ਸੀ ਮਰਦਾਨੇ ਰਬਾਬ ਛੇੜ ਤੁਰਕੀ ਬਾਣੀ ਆਈ ਹੈ ਤੁਰਕੀ ਬਾਣੀ ਕੀ ਹੈ ਤੁਹਾਨੂੰ ਪਤਾ ਵੀ ਜਦੋਂ ਬੰਦਾ ਜ਼ਿਆਦਾ ਪੜ੍ਹਦਾ ਨਾ ਤੇ ਜ਼ਿਆਦਾ ਚਿੰਤਨ ਕਰਦਾ ਪੜ੍ਹ ਕੇ ਇੱਕ ਤਾਂ ਰੱਟਾ ਇੱਕ ਚਿੰਤਨ ਜਦੋਂ ਵਿਵੇਕ ਤੁਹਾਡੇ ਅੰਦਰੋਂ ਪੈਦਾ ਹੁੰਦਾ ਨਾ ਤੇ ਵਿਵੇਕ ਕਵੀ ਮਨ ਹੋ ਕੇ ਪੈਦਾ ਹੁੰਦਾ ਉਹ ਫਿਰ ਤੁਰਕੀ ਬਾਣੀ ਬਣ ਜਾਂਦੀ ਹੈ ਪਰ ਇਹ ਤਾਂ ਫਿਰ ਤੁਸੀਂ ਹੈਰਾਨ ਮਿਲੋਗੇ ਲੋਕਾਂ ਨੂੰ ਸੁੱਤੇ ਪਿਆ ਨੂੰ ਜੀ ਨੇ ਜਿਹੜੀ ਹਾਂ ਵੇਖੋ ਸੁੱਤੇ ਪਿਆ ਨੇ ਲੋਕਾਂ ਨੇ ਸੁੱਤੇ ਪਿਆ ਮੈਥ ਦੇ ਫਾਰਮੂਲੇ ਕੱਢ ਲਏ ਰਾਤ ਨੂੰ ਦਿਨੇ ਮੈਥ ਦਾ ਕੰਮ ਕਰਦੇ ਆ ਅਤੇ ਮੈਥ ਦਾ ਫਾਰਮੂਲਾ ਨਹੀਂ ਬਣਿਆ ਰਾਤ ਨੂੰ ਸੁਪਨੇ 'ਚ ਆ ਗਿਆ ਕਿਉਂਕਿ ਉਹ ਜੁੜਿਆ ਹੋਇਆ ਸੀ ਨਾ ਅਤੇ ਚੀਜ਼ ਨਾਲ ਅਤੇ ਰਾਤ ਨੂੰ ਦਵਾ ਉਸੇ ਨੂੰ ਦਿੰਦੇ ਫਾਰਮੂਲਾ ਪੂਰਾ ਹੋ ਗਿਆ ਤੜਕੇ ਠਾ ਦੇ ਲਿਖ ਲਿਆ ਬੰਦੇ ਨੇ ਰਾਤ ਨੂੰ ਸੁੱਤੇ ਪਿਆ ਨੂੰ ਕਵਿਤਾਵਾਂ ਆ ਜਾਂਦੀਆਂ ਹੋਣੀ ਅੰਗਰੇਜ਼ੀ ਦੇ ਕਈ ਕਵੀ ਸੀਗੇ ਸੁੱਤੇ ਪਿਆ ਨੂੰ ਆਉਂਦੇ ਸੀ ਉਹ ਵੱਖਰੀ ਗੱਲ ਹੈ ਪਰ ਇੱਕ ਚੀਜ਼ ਜਿਹੜੀ ਕੁਦਰਤ ਦੇ ਹਿਸਾਬ ਤੇ ਹੈ ਜਿਹੜੀ ਨੇਕਡ ਆਈ ਨਾਲ ਦੇਖੀ ਨਹੀਂ ਜਾ ਸਕਦੀ ਵੇਖੋ ਨੇਕਡ ਆਈ ਪੱਤਿਆਂ ਚ ਕੀ ਹੈ ਹੁਣ ਆਪਾਂ ਨੂੰ ਕੀ ਪਤਾ ਸੀ ਕਲੋਰੋਫਿਲ ਹੈ ਇਹਦੇ ਵਿੱਚ ਆ ਹਰੇ ਹਰੇ ਪੱਤੇ ਆ ਨੋ ਡਾਊਟ ਇਹ ਵੇਖੋ ਇਹ ਤਾਂ ਵਿਗਿਆਨ ਨੇ ਤਾਂ ਹੁਣ ਤੁਹਾਡੇ ਮੂਹਰੇ ਕੱਢ ਕੇ ਦੱਸ ਦੇਣਾ ਪਰ ਉਹ ਹੀ ਮੈਂ ਕਹਿੰਦਾ ਜਿਵੇਂ ਸਾਰੇ ਕੀਤੇ ਬਾਬੇ ਦੇ ਵੇਲੇ ਤੋਂ ਉਸ ਵਕਤ ਇੰਨੀ ਵਿਗਿਆਨ ਨਹੀਂ ਸੀ ਪਰ ਵਿਗਿਆਨ ਦਾ ਉਥਾਨ ਹੋ ਚੁੱਕਿਆ ਸੀ ਇਟਲੀ ਦੇ ਵਿੱਚ ਇਹ ਪੱਕੀ ਗੱਲ ਹੈ ਬਾਬਾ ਫਰੀਦ ਸਾਹਿਬ ਨੇ ਕਦੋਂ ਕਿਹੜੇ ਵੇਲੇ 11ਵੀਂ ਸਦੀ ਲਿਖਿਆ ਤੁਸੀਂ ਦੇਖੋ 12ਵੀਂ ਸਦੀ ਕਬੀਰ 12ਵੀਂ ਸਦੀ ਚ ਕਬੀਰ ਸਾਹਿਬ ਲਿਖਦੇ ਆ ਤੁਸੀਂ ਦੇਖੋ ਕਮਾਲ ਕੀਤੀ ਉਹਨਾਂ ਨੇ 60 ਬਰੇ ਪਹਿਲਾਂ ਬਾਬਾ ਨਾਨਕ ਨੂੰ 60 ਬਰੇ ਪਹਿਲਾਂ ਲਿਖਦੇ ਨੇ ਉਦੋਂ ਜਿਹੜੀ ਚੇਤਨਾ ਸੀਗੀ ਨਾ ਆਪਣੇ ਨਾਲ ਮੁਗਲ ਆ ਗਏ ਇੱਥੇ ਠੀਕ ਹੈ ਨਾ ਮੁਗਲ ਦੇ ਨਾਲ ਆਪਾਂ ਨੂੰ ਅਰਬਾਂ ਦਾ ਅਤੇ ਈਰਾਨ ਦਾ ਕਲਚਰ ਭਾਸ਼ਾ ਅਤੇ ਚਿੰਤਨ ਵੀ ਨਾਲ ਆਇਆ ਆਉਣਾ ਹੁੰਦਾ ਜਿਵੇਂ ਅਗਲੇ ਅੰਗਰੇਜ਼ ਆਏ ਆਪਣੇ ਮੁਲਕ 'ਚ ਤੁਸੀਂ ਇਸ ਗੱਲ 'ਚ ਬਿਲੀਵ ਨਹੀਂ ਕਰਦੇ ਵੀ ਕੋਈ ਸਪਿਰਚੁਅਲ ਐਨਲਾਈਟਮੈਂਟ ਮੈਨੂੰ ਨਹੀਂ ਇਹ ਨਹੀਂ ਮੰਨਦੇ ਤੁਸੀਂ ਮੰਨਦੇ ਮੈਂ ਕਹਿੰਦਾ ਵੀ ਬੰਦਾ ਜਦੋਂ ਸਮਾਜ 'ਚ ਪੈਦਾ ਹੁੰਦਾ ਫਿਰ ਸਮਾਜ ਦੀਆਂ ਤਾਕਤਾਂ ਨਾਲ ਟਕਰਾਉਂਦਾ ਅਤੇ ਉਹਦਾ ਵਿਸ਼ਲੇਸ਼ਣ ਕਰਦਾ ਅਤੇ ਉਹਦੇ ਵਿੱਚ ਉਹਨੂੰ ਵਿਵੇਕ ਪੈਦਾ ਹੁੰਦਾ ਅਤੇ ਵਿਵੇਕ ਜਦੋਂ ਸੱਚੇ ਮਨੋਂ ਪੇਸ਼ ਕਰਦਾ ਉਹ ਬੰਦਾ ਤਕੜਾ ਹੁੰਦਾ ਸਿਆਣਾ ਹੁੰਦਾ ਅਤੇ ਉਹਨੂੰ ਭਾਵਾਂ ਤੁਸੀਂ ਪੀਰ ਕਹਿ ਲਓ ਹੁਣ ਬਾਲ ਗੋਬਿੰਦ ਰਾਏ 9 ਸਾਲ ਦੀ ਉਮਰ 'ਚ ਆਪਦੇ ਪਿਤਾ ਨੂੰ ਕਹਿ ਦਿੰਦੇ ਆ ਜਾਓ ਸੀਸ ਦਿਓ ਤੁਹਾਡੇ ਤੋਂ ਵੱਧ ਕੌਣ ਹੋਊਗਾ ਦੇਖੋ ਇਹ ਨਾ ਇਹ ਗੁਰਦੁਆਰਾਂ ਦੇ ਵਿੱਚ ਗੱਲਾਂ ਕੁਝ ਜ਼ਿਆਦਾ ਵਧਾ ਕੇ ਬਣਾਈਆਂ ਇਸ ਤਰ੍ਹਾਂ ਨਹੀਂ ਹੈ ਗੁਰੂ ਸਾਹਿਬ ਨੂੰ ਸੀਸ ਦੇਣ ਦੀ ਗੱਲ ਆਈ ਕੋਈ ਜ਼ਰੂਰ ਨਹੀਂ ਕਿ ਉਹਦਾ ਸੀਸ ਕੱਟਿਆ ਜਾਣਾ ਸੀ ਉਹਨੇ ਕਿਹਾ ਵੀ ਆਪਾਂ ਗੱਲ ਕਰਦੇ ਹਾਂ ਉਹਦੇ ਕੋਲ ਆ ਗਏ ਜਿਹਨਾਂ ਦਾ ਤਾਂ ਜਨੇਊ ਹੈ ਉਹ ਤਾਂ ਬੰਦੇ ਔਰੰਗਜ਼ੇਬ ਦੇ ਦਰਬਾਰ 'ਚ ਬੈਠੇ ਆ ਜਿਹੜੇ ਜਨੇਊ ਦੇ ਨਾਲ ਰਾਜਪੂਤ ਬੱਚੇ ਆ ਉਹ ਔਰੰਗਜ਼ੇਬ ਦੇ ਵਿੱਚ ਉਹਦੇ ਕਮਾਂਡਰ ਇਨ ਚੀਫ ਨੇ ਫੌਜਾਂ ਦੇ ਸੂਬੇਦਾਰ ਵੱਡੇ ਵੱਡੇ ਠੀਕ ਹੈ ਅਤੇ ਬਾਬਾ ਇੱਕ ਫਕੀਰ ਹੈ ਅਨੰਦਪੁਰ ਸਾਹਿਬ ਬੈਠਾ ਉਹ ਤਾਂ ਯਾਰ ਵੀ ਇਹ ਜਨੇਊ ਦੀ ਕੀ ਗੱਲ ਹੈ ਨਹੀਂ ਲਾਉਣਾ ਚਾਹੀਦਾ ਔਰ ਕਮਾਲ ਦੀ ਗੱਲ ਹੈ ਜਿੰਨਾ ਸ਼ੋਰ ਪਾਇਆ ਉਨੀ ਗੱਲ ਨਹੀਂ ਔਰੰਗਜ਼ੇਬ 22 ਸਾਲ ਦੱਖਣ 'ਚ ਬੈਠਾ ਰਿਹਾ ਲੜਦਾ ਰਿਹਾ ਅਤੇ ਕਿਹਦੇ ਨਾਲ ਲੜਿਆ ਸ਼ੀਆ ਮੁਸਲਮਾਨਾਂ ਨਾਲ ਅੱਛਾ ਹਾਂ ਅਤੇ ਉਹਦੇ ਹੱਕ 'ਚ ਕੌਣ ਸੀਗੇ ਸਾਰੇ ਰਾਜਪੂਤ ਉਹ ਉੱਥੇ ਉਹਦਾ ਇੱਕ ਬੰਦੇ ਦਾ ਜਨੇਊ ਨਹੀਂ ਲਾਇਆ ਉਹਦੇ ਨਾਲ ਫੌਜਾਂ ਦੇ ਵਿੱਚ ਨੇ ਔਰ ਉਹਦੀ ਉਹਨੂੰ ਉਹਦੀਆਂ ਜਿੱਤਾਂ ਪ੍ਰਾਪਤ ਕਰਦੇ ਨੇ ਤੁਸੀਂ ਤਾਂ ਐਡੀ ਵੱਡੀ ਹਿੰਦ ਦੀ ਚਾਦਰ ਕਿਹਾ ਜਾਂਦਾ ਸ਼ਹਾਦਤ 'ਤੇ ਸਵਾਲ ਕਰ ਰਹੇ ਹੋ ਨਹੀਂ ਸ਼ਹਾਦਤ ਹੀ ਮੈਂ ਨਾ ਅਸੀਂ ਜਿਹੜੀਆਂ ਕਈ ਗੱਲਾਂ ਬਹੁਤ ਵੱਡੀਆਂ ਕਰਤੀਆਂ ਅਸੀਂ ਵਧਾ ਕੇ ਪਰ ਹਿੰਦ ਦੀ ਚਾਦਰ ਕਹਿਣਾ ਗੁਨਾਹ ਨਹੀਂ ਕਿਉਂਕਿ ਕੋਈ ਬੰਦਾ ਬੋਲਦਾ ਨਹੀਂ ਸਗੋਂ ਜਿਨ੍ਹਾਂ ਦਾ ਜਨੇਊ ਸੀ ਉਹ ਤਾਂ ਦਰਬਾਰ 'ਚ ਬੈਠੇ ਆ ਸਭ ਤੋਂ ਭੈੜ ਗੱਲ ਕੀ ਸੀ ਵੀ ਜਿਹਨਾਂ ਦਾ ਜਨੇਊ ਹੈ ਉੱਚੀ ਸ਼੍ਰੇਣੀ ਹੈ ਦਰਬਾਰ 'ਚ ਬੈਠੇ ਆ ਮੰਦਰਾਂ 'ਚ ਬੈਠਿਆਂ ਨੂੰ ਪੈਸਾ ਮਿਲਦਾ ਗਊਸ਼ਾਲਾ ਨੂੰ ਦਾਨ ਮਿਲਦਾ ਔਰੰਗਜ਼ੇਬ ਤੋਂ ਮਿਲਦਾ ਇਹ ਵੀ ਪੱਕੀ ਗੱਲ ਹੈ ਮੰਦਰਾਂ ਨੂੰ ਪੈਸੇ ਦਿੱਤੇ ਜਾਂਦੇ ਆ ਮੰਦਰ ਸਿਰਫ ਉਹਨਾਂ ਨੇ ਇੱਕੋ ਹੀ ਢਾਇਆ ਖਾਸ ਤੌਰ 'ਤੇ ਆ ਜਿਹੜਾ ਮਥੁਰਾ ਦੇ ਕੋਲ ਸੀ ਨਾ ਉਹ ਵੀ ਸ਼ਰਾਰਤ ਕੀਤੀ ਉਹਦੇ ਨਾਲ ਰਾਜਪੂਤ ਰਾਜੇ ਸੀ ਉਹਦੀ ਰਾਣੀ ਸੀ ਜਿਹੜੀ ਉਹ ਪੰਡਿਤ ਨੇ ਨਾ ਦੁਰਵਿਹਾਰ ਕੀਤਾ ਇੱਕ ਰਾਜਪੂਤ ਰਾਣੀ ਸੀ ਔਰੰਗਜ਼ੇਬ ਵੀ ਨਾਲ ਸੀ ਉਹਦੇ ਵੀ ਇਹ ਕੱਲ੍ਹ ਮਹਾਰਾਜ ਬਾਦਸ਼ਾਹ ਸਲਾਮਤ ਉਹ ਤਾਂ ਜੀ ਆਹ ਬੜੀ ਮਾੜੀ ਗੱਲ ਆ ਤਾਂ ਹੁਕਮ ਦੱਸੋ ਆ ਤਾਂ ਜੀ ਨੂੰ ਠੋਕੋ ਉਹਨੇ ਕਿਹਾ ਵੀ ਹਾਂ ਉਹ ਮੰਦਰ ਢਾਇਆ ਸੀ ਸਹੀ ਅਰਥਾਂ 'ਚ ਇਹ ਤੁਸੀਂ ਵੀ ਤਾਂ ਕਿਤੋਂ ਪੜ੍ਹੀਆਂ ਹੋਣੀਆਂ ਮੈਂ ਪਤਾ ਨਹੀਂ ਕਿਹੜੀ ਕਿਤਾਬ ਮੇਰੇ ਧੱਕੇ ਚੜ੍ਹ ਜੇ ਹਜ਼ਾਰਾਂ ਦੇ ਹਿਸਾਬ ਨਾਲ ਇਹ ਫਿਰ ਕਿਵੇਂ ਹੁੰਦਾ ਵੀ ਇਹਦੇ 'ਤੇ ਮੈਂ ਯਕੀਨ ਕਰਨਾ ਇਹਦੇ 'ਤੇ ਨਹੀਂ ਕਰਨਾ ਨਹੀਂ ਪਤਾ ਕਾਰਨ ਕੀ ਹੈ ਘਟਨਾ ਦੱਸ ਦੇ ਮੌਕੇ ਦੀ ਉਹ ਫਿਰ ਇਹੀ ਤਾਂ ਥੋੜ੍ਹਾ ਵਿਵੇਕ ਹੈ ਜਿਹੜਾ ਵਿਵੇਕ ਹੈ ਇਹੀ ਚੀਜ਼ ਤੱਥ ਅਤੇ ਵਿਵੇਕ ਇੱਕ ਤੱਥ ਨਹੀਂ ਹੁੰਦਾ ਹੁਣ ਕਿਸਾਨ ਐਜੀਟੇਸ਼ਨ ਦਾ ਇਤਿਹਾਸ ਦੋ ਤਰੀਕਿਆਂ ਨਾਲ ਲਿਖਿਆ ਜਾਊਗਾ ਬਾਕਾਇਦਾ ਲਿਖਿਆ ਜਾਊ ਇੱਕ ਪੰਜਾਬ ਦੇ ਬੰਦੇ ਲਿਖਣਗੇ ਹਾਂ
ਇੱਕ ਸੈਂਟਰ ਦੇ ਬੰਦੇ ਲਿਖਣਗੇ ਜਿਹੜੇ ਵਿਰੋਧ ਚ ਨੇ ਦੋਵੇਂ ਆਪੋ ਆਪਣਾ ਇਤਿਹਾਸ ਤਰੀਕੇ ਨਾਲ ਲਿਖਣਗੇ ਤੇ ਵਿਵੇਕ 100 ਸਾਲਾਂ ਬਾਅਦ ਜਿਹਨੇ ਆਪਦੇ ਹਿਸਾਬ ਤੇ ਜਿਹੜਾ ਚੱਕਣਾ ਉਹ ਚੱਕਿਆ ਕਰੂਗਾ ਬਿਲਕੁਲ ਤਾਂ ਹੁਣ ਇਹ ਕੀ ਪਤਾ ਵੀ ਕਿਹੜਾ ਸੱਚ ਹੈ ਅੱਜ ਹੁਣ ਤੁਹਾਡੀ ਗੱਲ ਦਾ ਕੀ ਪਤਾ ਤੁਸੀਂ ਸੱਚ ਬੋਲਦੇ ਹੋ ਨਹੀਂ ਬੋਲਦੇ ਮੈਂ ਵਿਵੇਕ ਵਾਕਈ ਇਸ ਤਰ੍ਹਾਂ ਲਿਖਿਆ ਜਾਂਦਾ ਇਤਿਹਾਸ ਪਰ ਫਿਰ ਵੀ ਤੱਥਾਂ ਦੇ ਜਿਹੜੇ ਆਲੋਚਕ ਨੇ ਤੇ ਵਿਸ਼ਲੇਸ਼ਕ ਨੇ ਤੱਥ ਖਰੀਦ ਲਏ ਜਾਂਦੇ ਆ ਫਿਰ ਇਤਿਹਾਸ ਫਿਰ ਗਲਤ ਹੋ ਜਾਂਦਾ ਪਰ ਜਿਹੜਾ ਖਰੀਦਿਆ ਨਹੀਂ ਜਾਂਦਾ ਭਾਵੇਂ ਬੰਦਾ ਇੱਕ ਰਹਿ ਜੇ ਪਰ ਉਹਦੀ ਚੋਣ ਕਿਵੇਂ ਕਰੋਗੇ ਨਹੀਂ ਪਤਾ ਲੱਗ ਜਾਂਦਾ ਗਲਤ ਇਹੀ ਹੈ ਨਹੀਂ ਪਤਾ ਲੱਗ ਜਾਂਦਾ ਇਹੀ ਤਾਂ ਮਨੁੱਖਤਾ ਦਾ ਵਾਧਾ ਇਹੀ ਸਵਾਲ ਹੁੰਦੇ ਨਾ ਵੀ ਇਹ ਸਿੱਖ ਧਰਮ ਨਾਲ ਪੰਗੇ ਲੈਂਦੇ ਆ ਨਹੀਂ ਲੈਂਦੀ ਨਹੀਂ ਅਸੀਂ ਤਾਂ ਕਾਮਰੇਡਾਂ ਦਾ ਇਹੀ ਰਿਹਾ ਕਿ ਹੁਣ ਵੀ ਜਿਹੜਾ ਇਸ਼ੂ ਉੱਠਿਆ ਨਹੀਂ ਪਤਾ ਹੁਣ ਇਹਨੇ ਗੱਲ ਕਿਹਾ ਜਿਹੜਾ ਵੀ ਕਾਮਰੇਡ ਤਾਂ ਸਿੱਖਾਂ ਨਾਲ ਪੰਗੇ ਲੈਂਦੇ ਆ ਇਹ ਜਿਹੜੇ ਹੁਣ ਤੁਸੀਂ ਗੱਲ ਕਹਿ ਰਹੇ ਹੋ ਉਹ ਤਾਂ ਹੀ ਤਾਂ ਕੰਟਰਾਡਿਕਟਰੀ ਤੇ ਕਨਫਲਿਕਟਿੰਗ ਗੱਲ ਹੈ ਕਾਰਨ ਕਿ ਤੁਸੀਂ ਕਹੋਗੇ ਵੀ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਵਧਾ ਚੜਾ ਕੇ ਤੁਸੀਂ ਕਹਿ ਰਹੇ ਹੋ ਨਹੀਂ ਐਂ ਬਾਤ ਚੜਾ ਕੇ ਨਹੀਂ ਜਿਵੇਂ ਇਸ ਗੱਲ ਨੂੰ ਤੂਲ ਦਿੱਤਾ ਹੈ ਠੀਕ ਹੈ ਉਹ ਤਾਂ ਸਿਰ ਕਟਾ ਲਿਆ ਬਾਬਿਆਂ ਨੇ ਸਿਰ ਦੇਤਾ ਜਿਨ੍ਹਾਂ ਲਈ ਸਿਰ ਦੇਤਾ ਉਹ ਮੰਨਣ ਨੂੰ ਤਿਆਰ ਨਹੀਂ ਉਹ ਦਰਬਾਰ ਦੇ ਵਿੱਚ ਬੈਠੇ ਨੇ ਔਰ ਬਹੁਤ ਗਿਣਤੀ 'ਚ ਬੈਠੇ ਆ ਔਰ ਰਾਜਕਾਰ ਦਾ ਸ਼੍ਰੇਣੀ 'ਚ ਨੇ ਰਿਸ਼ਤੇਦਾਰੀਆਂ ਉਹਨਾਂ ਨਾਲ ਪੈ ਗਈਆਂ ਬਾਬੇ ਤਾਂ ਫਕੀਰ ਬੰਦੇ ਸੀ ਭੋਰੇ 'ਚ ਬਹਿ ਕੇ ਭਗਤੀ ਕੀਤੀ ਸੀ ਵਿਚਾਰਿਆਂ ਨੇ ਉਹਨੇ ਕਿਹਾ ਜੇ ਭਾਈ ਜੇ ਤੇਰਾ ਦੁੱਖ ਹੈ ਤਾਂ ਮੈਂ ਤੇਰੇ ਨਾਲ ਚੱਲਦਾ ਇਹ ਤਾਂ ਗੱਲ ਠੀਕ ਹੈ ਨਾ ਜੇ ਤੇਰਾ ਦੁੱਖ ਹੈ ਜਨੇਊ ਦਾ ਤਾਂ ਮੈਂ ਚੱਲਦਾ ਤੇਰੇ ਨਾਲ ਹਾਲਾਂਕਿ ਉਸ ਵਕਤ ਔਰੰਗਜ਼ੇਬ ਬਲੋਚਿਸਤਾਨ 'ਚ ਸੀ ਉਸ ਦਿਨ ਦਿੱਲੀ ਨਹੀਂ ਸੀ ਔਰੰਗਜ਼ੇਬ 1680 ਦੇ ਵਿੱਚ 75 ਦੇ ਵਿੱਚ ਦਿੱਲੀ ਨਹੀਂ ਸੀ ਉਹ ਬਲੋਚਿਸਤਾਨ ਸੀ ਨੌਰਥ ਵੈਸਟ ਫਰੰਟੀਅਰ 'ਚ ਗੱਖੜਾਂ ਨਾਲ ਲੜ ਰਿਹਾ ਸੀ 3.5 ਸਾਲ ਉੱਥੇ ਬੈਠਾ ਰਿਹਾ ਫਿਰ ਵੀ ਪਤਾ ਲੱਗਦਾ ਵੀ ਡੀਸੀ ਸ਼ਰਾਰਤ ਕਰਦਾ ਇਹ ਵੀ ਪਤਾ ਲੱਗ ਜਾਂਦਾ ਵੀ ਡੀਸੀ ਸ਼ਰਾਰਤ ਕਰਦਾ ਨਾ ਤਾਂ ਸਰਕਾਰ ਜੇ ਵੈਕਸੀਨ ਪਹੁੰਚੀ ਤੇ ਮੋਦੀ ਹੋਣੀ ਹੈ ਨਹੀਂ ਪਹੁੰਚੀ ਤੇ ਵੀ ਤਾਂ ਉਹਦੇ ਨਾਲ ਲੱਗੂਆ ਉਵੇਂ ਹੀ ਦੋਸ਼ ਲੱਗੂਆ ਉਹਦੇ ਦੋਸ਼ ਦੀ ਸ਼ਹਾਦਤ ਹੋਈ ਗੁਰੂ ਸਾਹਿਬ ਦੀ ਹੋਈ ਤਾਂ ਨਾ ਤਾਂ ਇਹ ਹੀ ਹੈ ਵੀ ਲੱਗੇ ਵੀ ਔਰੰਗਜ਼ੇਬ ਦਾ ਰਾਜ ਜ਼ੁਲਮ ਦੇ ਖਿਲਾਫ ਹੋਈ ਨਹੀਂ ਨਹੀਂ ਬਿਲਕੁਲ ਕਿਉਂਕਿ ਔਰੰਗਜ਼ੇਬ ਜ਼ੁਲਮ ਸੀਗਾ ਕਿ ਨਹੀਂ ਸੀਗਾ ਜ਼ੁਲਮ ਇਹ ਸੀ ਬੇਟੇ ਔਰੰਗਜ਼ੇਬ ਗੱਦੀ ਤੇ ਨਹੀਂ ਬਹਿ ਸਕਦਾ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਬਹੁਤ ਵੱਡੀ ਭੈਣ ਸੀ ਜਦੋਂ ਗੱਦੀ ਤੇ ਬਹਿਣ ਦਾ ਮੌਕਾ ਹੁੰਦਾ ਸਾਰੇ ਸਕੇ ਭਰਾ ਲੜ ਪੈਂਦੇ ਔਰੰਗਜ਼ੇਬ ਚਲਾਕ ਸੀ ਉਹਨੇ ਆਪਦੇ ਦੋ ਭਰਾ ਦਾਰੇ ਅਤੇ ਸ਼ਕੋਰ ਹੀ ਮਾਰਤੇ ਜਿਹੜਾ ਦਾਰਾ ਸੀ ਉਹ ਬੰਦਾ ਬੜਾ ਵਿਦਵਾਨ ਸੀ ਵਿਦਵਾਨ ਔਰੰਗਜ਼ੇਬ ਵੀ ਸੀ ਪਰ ਉਹ ਲਿਬਰਲ ਸੀ ਉਹ ਸੂਫੀ ਮਤ ਨੂੰ ਜ਼ਿਆਦਾ ਪ੍ਰਭਾਵਿਤ ਸੀ ਉਹ ਕੱਟੜਤਾ ਦੇ ਨੇੜੇ ਨਹੀਂ ਸੀ ਜੇ ਉਹ ਕਿਤੇ ਆ ਜਾਂਦਾ ਤਾਂ ਕੱਟੜਤਾ ਨਹੀਂ ਆਉਣੀ ਸੀ ਉਹ ਮਾਰਤਾ ਤੇ ਬਹਿ ਗਿਆ ਅਤੇ ਕੱਟੜਤਾ ਆ ਗਈ ਇਹਨੇ ਫਿਰ ਕਮਾਲ ਦੀ ਗੱਲ ਹੈ ਇਸਲਾਮ ਜਗਤੇ ਨੂੰ ਮਾਨਤਾ ਨਹੀਂ ਦਿੰਦਾ ਖਲੀਫਾ ਵੀ ਕਹਿੰਦਾ ਤੂੰ ਸਾਡਾ ਬਾਦਸ਼ਾਹ ਨਹੀਂ ਆਵੇਂ ਇਹ ਮਾਨਤਾ ਲੈਣ ਦੇ ਲਈ ਇਹਨੇ ਕਿਹਾ ਵੀ ਮੈਂ ਤਾਂ ਜੀ ਧਰਮ ਦਾ ਇਸਲਾਮ ਦਾ ਉਹ ਕਰਦਾ ਆਹ ਦੇਖੋ ਪੈਰੋਕਾਰ ਹਾਂ ਮੈਂ ਪੱਕਾ ਇਸਲਾਮ ਨੂੰ ਮੰਨਦਾ ਮੈਂ ਇੰਨੇ ਵਾਰੀ ਮੈਂ ਨਮਾਜ਼ਾਂ ਪੜ੍ਹਦਾ ਮੈਂ ਸ਼ਰਾਬ ਮੈਂ ਨਹੀਂ ਪੀਂਦਾ ਕੋਈ ਮੈਂ ਇਹੀ ਗੱਲ ਨਹੀਂ ਕਰਦੀ ਜਿਹੜੀ ਕਿ ਸਾਡੇ ਇਸਲਾਮ ਦੇ ਵਿੱਚ ਵਿਵਰਜਿਤ ਹੈ ਠੀਕ ਹੈ ਨਾ ਤੂੰ ਉਹ ਆਪਦੇ ਆਪ ਨੂੰ ਇਸਲਾਮ ਦਾ ਪੱਕਾ ਮਿੱਤਰ ਦੇ ਮੰਨਦੇ ਉਹਨੇ ਕਸ਼ਮੀਰ 'ਚ ਲਾਗੂ ਕਰਤੀ ਵੀ ਇੱਥੇ ਵੀ ਜਨੇਊ ਆ ਜਿਹੜੇ ਨਾ ਲਾਓ ਐਂ ਨਹੀਂ ਹੁੰਦਾ ਸੀ ਆਪਾਂ ਨੂੰ ਕਹਿੰਦੇ ਵੀ ਆ ਰੋਜ਼ ਜਨੇਊ ਐਂ ਨਹੀਂ ਹੁੰਦਾ ਸੀ ਵੀ ਜਨੇਊ ਬੈਠੇ ਆ ਬੰਦੇ ਤੇ ਪੱਟ ਕੇ ਲਾ ਦਿਓ ਐਂ ਨਹੀਂ ਜਿਹੜੀ ਲੈਫਟ ਦੀ ਆਈਡੀਓਲੋਜੀ ਹੈ ਜਦੋਂ ਉਹ ਰਾਜਕਰਤਾ ਦੇ ਖਿਲਾਫ ਲੜਦੀ ਹੈ ਉਹ ਕਾਰਪੋਰੇਟਾਈਜੇਸ਼ਨ ਦੇ ਖਿਲਾਫ ਲੜਦੀ ਹੈ ਬਕਾਇਦਾ ਠੀਕ ਹੈ ਉਹਨੂੰ ਕੀ ਲੋੜ ਹੈ ਕਿ ਉਹ ਧਰਮ ਨਾਲ ਆਪਦਾ ਪੇਚਾ ਪਾਵੇ ਧਰਮ ਫੀਮ ਦੀ ਗੋਲੀ ਹੈ ਨਹੀਂ 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 ਮੈਂ ਸਣਾ ਇਹਦੇ ਆਧਾਰ ਤੇ ਸਾਰਾ ਨਿਊਕਲੀਅਸ ਬਣਾ ਕੇ ਲੜਾਈ ਹੈ ਨਹੀਂ ਨਹੀਂ ਹੈ ਧਰਮ ਫੀਮ ਦੀ ਗੋਲੀ ਤਾਂ ਛੋਟਾ ਸ਼ਬਦ ਹੈ ਜਿਹੜਾ ਜਦੋਂ ਫਲਸਫੇ ਨੂੰ ਪੂਰੀ ਤਰ੍ਹਾਂ ਪੜ੍ਹੋਗੇ ਨਾ ਤੁਸੀਂ ਹੈ ਉਹ ਤਾਂ ਧਰਮ ਨੂੰ ਇਸ ਤੋਂ ਵੀ ਅੱਗੇ ਲੈ ਕੇ ਜਾਂਦਾ ਵੀ ਇਹ ਧਰਮ ਜਿਹੜਾ ਰਾਜ ਕਰਦਾ ਸ਼੍ਰੇਣੀ ਦੇ ਨਾਲ ਜੁੜ ਜਾਂਦਾ ਲੋਕਾਂ ਦੇ ਵਿਰੁੱਧ ਭੁਗਤਦਾ ਪੁਜਾਰੀ ਸ਼੍ਰੇਣੀ ਅਤੇ ਅਧਿਕਾਰੀ ਸ਼੍ਰੇਣੀ ਇਕੱਠੀਆਂ ਹੋ ਜਾਂਦੀਆਂ ਔਰ ਰਲ ਕੇ ਫਿਰ ਜ਼ੁਲਮ ਕਰਦੇ ਆ ਪਰ ਗੁਰੂ ਨਾਨਕ ਤਾਂ ਲੋਕਾਂ ਦੇ ਹੱਕ ਦੀ ਗੱਲ ਕਰ ਨਹੀਂ ਗੁਰੂ ਨਾਨਕ ਇਕੱਲਾ ਸੀ ਨਾ ਜਦੋਂ ਉਦੋਂ ਬਾਅਦ ਜਦੋਂ ਗੁਰੂ ਨਾਨਕ ਦੇ ਸਿੱਖ ਅੱਗੇ ਜਾ ਕੇ ਰਾਜੇ ਬਣੇ ਆ ਆਹ ਆਪਣੇ ਪੰਜ ਇਧਰਲੇ ਰਾਜੇ ਸੀ ਕਿਹੜੇ ਸੀ
ਆਪਣੇ ਮਾਲਵੇ ਦੇ ਪੰਜ ਰਾਜ ਸੀ ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੁੰਦੀ ਹੈ ਇਹਨਾਂ ਪੰਜਾਂ ਨੂੰ ਤਾਂ ਬਾਅਦ ਚ ਗੱਲ ਕਰਦੇ ਹਾਂ ਆਪਾਂ ਸਿਰਫ ਅਜੇ ਤੱਕ ਇੱਕੋ ਇੱਕ ਰਾਜ ਆਇਆ ਸੀ ਸਿਰਫ ਹਾਂ ਤੇ ਜੇ ਕਦੇ 500-700 ਵਰੇ ਮੁਗਲਾਂ ਵਾਂਗੂ ਰਾਜ ਹੁੰਦਾ ਫਿਰ ਪਤਾ ਲੱਗਣਾ ਸੀ ਜ਼ੁਲਮ ਕਿਵੇਂ ਹੁੰਦਾ ਇਹ ਤਾਂ ਰਾਜ ਹੀ 40 ਸਾਲ ਰਿਹਾ ਪਹਿਲੇ ਪਹਿਲੇ ਆਉਂਦਿਆਂ ਬੰਦਾ ਚੰਗਾ ਹੁੰਦਾ ਮੋਦੀ ਵੀ ਬੜੇ ਚੰਗੇ ਸੀ ਇਸਲਾਮ ਵਾਲੇ ਬੜੇ ਚੰਗੇ ਸੀ ਪਰ ਆਉਂਦਿਆਂ ਸਰ ਤਾਂ ਨਹੀਂ ਜ਼ੁਲਮ ਕਰਦੇ ਸੀ ਨਾ 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 ਮਗਰ ਜਦੋਂ ਸਟੈਬਲਿਸ਼ ਹੋ ਗਿਆ ਜਮਾਤ ਪੱਕੀ ਹੋ ਗਈ ਪੁਜਾਰੀ ਸ਼੍ਰੇਣੀ ਇੱਕ ਪਾਸੇ ਬਹਿਣ ਲੱਗ ਗਿਆ ਫਿਰ ਉਹਨਾਂ ਦੀ ਸਮੱਸਿਆ ਪੈਦਾ ਸ਼ੁਰੂ ਹੋਈ ਫਿਰ ਧਰਮ ਸੈਕੰਡਰੀ ਬਣ ਜਾਂਦਾ ਅਡੰਬਰ ਬਣ ਕੇ ਰਹਿ ਜਾਂਦਾ ਫੈਸਲੇ ਰਾਜਾ ਕਰਵਾਉਂਦਾ ਕਰਦਾ ਕੌਣ ਹੈ ਕਾਜੀ ਕਰਦੇ ਆ ਨਾ ਕਾਜੀ ਹੋਏ ਰਿਸ਼ਵਤ ਤੁਸੀਂ ਇਸ ਆਈਡੀਓਲੋਜੀ ਚ ਬਲੀਵ ਨਹੀਂ ਕਰਦੇ ਵੀ ਸ਼ਸਤਰ ਕੇ ਅਧੀਨ ਹੈ ਰਾਜ ਨਹੀਂ ਬਾਕਦਰ ਸ਼ਸਤਰ ਦੇ ਅਧੀਨ ਹੈ ਰਾਜ ਇਹ ਤਾਂ ਪੱਕੀ ਗੱਲ ਹੈ ਜੇ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਕਿਉਂ ਨਾ ਨਹੀਂ ਰਾਜ ਬਿਨਾਂ ਸਭ ਦਲੇ ਮਲੇ ਹੈ ਰਾਜ ਤੋਂ ਬਗੈਰ ਧਰਮ ਨਹੀਂ ਚੱਲਦਾ ਇਹ ਪੱਕੀ ਗੱਲ ਹੈ ਜੈਨੀਆਂ ਦੇ ਕੋਲੇ ਰਾਜ ਨਹੀਂ ਆਇਆ ਹਾਂ 2600 ਵਰੇ ਪੁਰਾਣਾ ਧਰਮ ਹੈ ਇਹ ਤਾਂ 40 ਲੱਖ ਨੇ ਠੀਕ ਹੈ ਬੋਧੀਆਂ ਕੋਲੇ ਰਾਜ ਆਇਆ ਇਹ 130 ਕਰੋੜ ਹੋ ਗਏ ਈਸਾਈਆਂ ਕੋਲੇ ਰਾਜ ਆਇਆ 215 ਕਰੋੜ ਹੋ ਗਏ ਇਸਲਾਮ ਕੋਲੇ ਰਾਜ ਆਇਆ 140 ਕਰੋੜ ਹੋ ਗਏ ਹਿੰਦੂਆਂ ਕੋਲੇ ਰਾਜ ਆਇਆ 105 ਕਰੋੜ ਹੋ ਗਏ ਸਿੱਖਾਂ ਕੋਲੇ ਰਾਜ ਸਿਰਫ 40 ਸਾਲ ਆਇਆ ਰਣਜੀਤ ਸਿੰਘ ਦਾ ਕੋਈ ਉਹਦੇ 'ਚ ਕੋਈ ਫੋਰਸਫੁਲੀ ਥੋੜ੍ਹੀ ਸਿੱਖ ਬਣਾਇਆ ਗਿਆ ਬਣਾਇਆ ਨਹੀਂ ਇਸੇ ਕਰਕੇ ਕਲੰਕ ਤੋਂ ਬਚ ਗਏ ਜੇ ਇਹ ਉਹਦੇ ਉਦੋਂ ਸ਼ੁਰੂ ਕਰ ਦਿੰਦੇ 90% 92% ਦੇ ਨੇੜੇ ਬਾਕੀ ਹੋਰ ਧਰਮਾਂ ਦੇ ਲੋਕ ਵਸਦੇ ਸੀ ਉਸ ਰਾਜ ਉਹਦੇ 'ਚ ਇਹ ਹੈ 56% ਮੁਸਲਮਾਨ ਸੀ ਮਹਾਰਾਜਾ ਰਣਜੀਤ ਸਿੰਘ ਦੀ ਆਬਾਦੀ 56% ਮੁਸਲਮਾਨ ਸੀ 33% ਹਿੰਦੂ ਸੀ ਹਾਂ ਔਰ 11% ਸਿੱਖ ਸੀ ਬਾਕੀ ਥੋੜੇ ਬਹੁਤ ਈਸਾਈ ਉਹ ਤਾਂ ਮਾਮੂਲੀ ਬਹੁਤ ਥੋੜਾ ਸੀ ਥੋੜੇ ਹੋਣਗੇ ਬਹੁਤ ਹੀ ਥੋੜੇ ਈਸਾਈ ਤਾਂ ਵਿਚਾਰੇ ਮੈਂ ਹਜ਼ਾਰਾਂ ਦੇ ਹਿਸਾਬ ਸੀ ਕੋਈ ਗੱਲ ਨਹੀਂ ਜੈਨੀ ਵੀ ਮਾੜੇ ਮੋਟੇ ਜਿਹੜੇ ਸੀਗੇ ਨਾ ਮੈਂ 5-7 ਹਜ਼ਾਰ ਜੈਨੀ ਹੋਣਾ ਕੋਈ ਗੱਲ ਨਹੀਂ ਅਸਲ ਇਹ ਸੀ ਠੀਕ ਹੈ ਨਾ ਜੇ ਰਾਜ ਕਦੋਂ ਜ਼ਾਲਮ ਹੋਇਆ ਜੇ ਦੱਸੋ ਜਿਵੇਂ ਹੁਣ ਕਿਸਾਨ ਐਜੀਟੇਸ਼ਨ 'ਚ ਵੀ ਦੋ ਹਿੱਸਿਆਂ 'ਚ ਚੀਜ਼ਾਂ ਵੰਡੀਆਂ ਗਈਆਂ ਇੱਕ ਪੰਥਕ ਵਿਚਾਰਧਾਰਾ ਹੋ ਗਈ ਇੱਕ ਕਾਮਰੇਡ ਵਿਚਾਰਧਾਰਾ ਹੋ ਗਈ ਜਦੋਂ ਕੌਜ਼ ਇੱਕ ਹੈ ਲੜਾਈ ਇੱਕ ਹੈ ਸੈਂਟਰ ਦੇ ਖਿਲਾਫ ਹੈ ਬਿੱਲ ਰੱਦ ਕਰਾਉਣੇ ਹੈ ਫਿਰ ਇੱਕ ਦੂਜੇ ਤੇ ਵਿਰੋਧ ਤੇ ਇੱਕ ਦੂਜੇ ਤੇ ਵਾਰ ਕਿਉਂ ਹੈ ਫਿਰ ਧਰਮ ਤੇ ਵਾਰ ਫਿਰ ਲੰਗਰਾਂ ਤੇ ਸਵਾਲ ਕਿਉਂ ਹੁੰਦੇ ਆ ਲੰਗਰਾਂ ਤੇ ਕੋਈ ਸਵਾਲ ਨਹੀਂ ਕਰਦਾ ਕੋਈ ਲੰਗਰਾਂ ਦਾ ਸਵਾਲ ਨਹੀਂ ਕਰਦਾ ਜਾਣ ਕੇ ਕਰਦੇ ਆ ਲੰਗਰ ਤਾਂ ਕਾਮਰੇਡਾਂ ਨੂੰ ਵੀ ਲੰਗਰ ਖਵਾਇਆ ਖਵਾਇਆ ਕਿ ਨਹੀਂ ਕੋਵਿਡ ਵਾਲਿਆਂ ਨੂੰ ਲੰਗਰ ਖਵਾਇਆ ਜਿੰਨੇ ਮੋਦੀ ਦੇ ਮਾਂਜੇ ਹੋਏ ਲੋਕ ਆ ਉਹਨਾਂ ਨੂੰ ਵੀ ਲੰਗਰ ਖਵਾਇਆ ਤੇ ਅੱਜ ਵੀ ਗੈਸ ਦਾ ਲੰਗਰ ਲਾਈ ਬੈਠੇ ਆ ਇਹ ਤੇ ਕੋਈ ਸਵਾਲ ਨਹੀਂ ਕਰਦਾ ਤੇ ਝੂਠ ਮਾਰਦੇ ਜੇ ਕੋਈ ਕਹਿੰਦੇ ਤਾਂ ਕੋਈ ਨਹੀਂ ਕਰਦਾ ਘੱਟੋ ਘੱਟ ਮੈਂ ਤਾਂ ਨਹੀਂ ਇਸ ਸਵਾਲ ਕਰਦਾ ਮੈਂ ਕਹਿੰਦਾ ਬਹੁਤ ਅੱਛੀ ਗੱਲ ਹੈ ਵੀ ਧੰਨ ਭਾਗ ਹੈ ਇਹ ਪੋਜ਼ਿਟਿਵ ਰੋਲ ਹੈ ਧਰਮ ਦਾ ਮੈਂ ਤਾਂ ਇਹਨੂੰ ਧਰਮ ਦਾ ਪੋਜ਼ਿਟਿਵ ਰੋਲ ਮੰਨਦਾ ਵੀ ਅੱਜ ਵੀ ਇਹ ਕਿੰਨਾ ਇਹਨਾਂ ਨੂੰ ਮਤਲਬ ਦੂਜੇ ਬੰਦੇ ਕਈ ਵਾਰੀ ਨਫ਼ਰਤ ਨਾਲ ਸ਼ਬਦਾਂ ਨਾਲ ਬੋਲਦੇ ਆ ਉਹ ਕਹਿੰਦੇ ਨਹੀਂ ਭਾਈ ਪਹਿਲਾਂ ਰੋਟੀ ਖਾ ਤੂੰ ਜੋ ਮਰਜ਼ੀ ਬੋਲ ਬਹੁਤ ਵੱਡੀ ਗੱਲ ਹੈ ਇਸ ਕਰਕੇ ਉਹ ਤਾਂ ਕਦੇ ਕੋਈ ਕਾਮਰੇਡ ਨੂੰ ਤਾਂ ਟਿੱਚਰ ਨਹੀਂ ਕਰਦਾ ਉਹ ਕਹਿੰਦਾ ਬਿਲਕੁਲ ਖਾਧੀ ਕਾਮਰੇਡ ਖੁਦ ਰੋਟੀਆਂ ਖਾਂਦੇ ਨੇ ਮੈਂ ਤੂੰ ਤਾਂ ਦੱਸਦਾ ਮੈਂ ਦੋ ਕਾਮਰੇਡ ਜ਼ਿੰਦਗੀ 'ਚ ਵੇਖੇ ਨੇ ਇੱਕ ਹਰਦਿੱਤ ਸਿੰਘ ਭੱਠਲ ਇੱਕ ਤੇਜਾ ਸਿੰਘ ਸੁਤੰਤਰ ਦੋਨਾਂ ਦੇ ਅੰਮ੍ਰਿਤ ਛਕੇ ਸੀ ਵੱਡੀ ਅਸੀਂ ਜਦੋਂ ਤੇਜਾ ਸਿੰਘ ਸੁਤੰਤਰ ਕਾਮਰੇਡ ਸੀ ਕਾਮਰੇਡ ਸੀ ਕੀ ਬਾਤ ਹੈ ਜੀ ਅੰਮ੍ਰਿਤਧਾਰੀ ਕਾਮਰੇਡ ਇਹ ਫਿਰ ਇਹ ਕਿਵੇਂ ਦੋ ਵਿਚਾਰਧਾਰਾ ਇਕੱਠੀਆਂ ਕਿਵੇਂ ਪ੍ਰਵੇਲ ਕਰਦੀਆਂ ਨਹੀਂ ਨਹੀਂ ਵਿਚਾਰਧਾਰਾ ਸੀ ਅਸੀਂ ਉਹਨਾਂ ਨੂੰ ਇਹ ਸਵਾਲ ਕੀਤੇ ਪਹਿਲੋਂ ਸਵਾਲ ਕੀਤਾ ਤੇਜਾ ਸਿੰਘ ਸੁਤੰਤਰ ਨੂੰ ਇਹ 1962 ਦੀ ਗੱਲ ਹੈ ਫਿਰ ਉਦੋਂ ਬਾਅਦ ਹਰਦਿੱਤ ਸਿੰਘ ਭੱਠਲ ਨੂੰ ਸਵਾਲ ਕੀਤਾ ਛੋਟੇ ਅਸੀਂ ਸਾਨੂੰ ਸਮਝ ਨਹੀਂ ਸੀ ਪਰ ਹੁਣ ਪਤਾ ਲੱਗਦਾ ਵੀ ਗੱਲ ਕੀ ਸੀ ਤੇਜਾ ਸਿੰਘ ਸੁਤੰਤਰ ਦੇ ਨਾਲ ਅਸੀਂ ਰਾਤ ਕੱਟੀ ਇੱਕ ਮੰਡੀ ਕਾਲਿਆਂ ਵਾਲੇ ਅਤੇ ਉਹ ਗੱਲੀ ਪੈ ਗਿਆ ਅਸੀਂ ਗੱਲਾਂ ਦੇ ਵਿੱਚ ਸੀ ਇਹਦੇ ਹਾਮੀ ਭਰਨੇ ਹਾਂ ਬਾਬਾ ਉਹਦਾ ਭਾਈ ਜੇ ਸਾਡਾ ਰੂਪ ਪੰਜਾਬ ਵਿੱਚ ਰਹਿ ਕੇ ਬਾਬੇ ਨਾਨਕ ਵਰਗਾ ਨਹੀਂ ਤਾਂ ਸਾਨੂੰ ਸੁਣਨਾ ਕਿਹਨੇ ਆ ਅਸੀਂ ਉਹਨਾਂ ਨੂੰ ਗੱਲ ਸੁਣਾਉਣੀ ਹੈ ਜਿਹੜੇ ਬਾਬੇ ਨਾਨਕ ਦੇ ਸ਼ਰਧਾਲੂ ਨੇ ਪਹਿਲੀ ਗੱਲ ਤਾਂ ਜਦੋਂ ਸਾਨੂੰ ਪਹਿਲੀ ਨਜ਼ਰੇ ਵੇਖਣ ਅਤੇ ਅਸੀਂ ਬਾਬਾ ਨਾਨਕ ਰੂਪ ਸਾਹਮਣੇ ਆਊਗਾ ਤਾਂ ਹੀ ਤਾਂ ਗੱਲ ਸੁਣਨਗੇ ਜਿਹੜਾ ਪੰਜਾਬ ਦੇ ਵਿੱਚ ਬੰਦਾ ਦਾੜੀ ਮੁੱਛ ਮੁੰਨ ਕੇ ਅਤੇ ਰੋਡਾ ਘੋਡਾ ਹੋ ਕੇ ਬਹਿ ਜੇ ਵੀ ਮੈਂ ਤੁਹਾਨੂੰ ਜੀ ਗਿਆਨ ਦਿੰਦਾ ਉਹਦੇ ਕੋਈ ਗੱਲ ਨਹੀਂ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਸਾਡਾ ਥੌਸ ਹੈ ਭਾਈ ਪਾਗਲ ਫਿਰ ਮੈਨੂੰ ਇਹ ਦੱਸੋ ਜਿਹੜੇ ਕਿਸਾਨ ਲੀਡਰ ਕਾਮਰੇਡ ਨੇ ਪਰ ਉਹ ਅੰਮ੍ਰਿਤ ਛੱਕ ਕੇ ਜਾਂ ਦਾੜਾ ਪ੍ਰਕਾਸ਼ ਕਰਕੇ ਜਾਂ ਸਿੱਖੀ ਸਰੂਪ 'ਚ ਨੇ ਤਾਂ ਉਹ ਇਸ ਕਰਕੇ ਨੇ ਵੀ ਉਹ ਜਿਹਾ ਭੇਸ ਬਣਾਉਣਾ ਨਹੀਂ ਉਹ ਨਹੀਂ ਇਹ ਨਹੀਂ ਵੀ ਉਹ ਸਾਡਾ ਜੇ ਅਸੀਂ ਕਿਸੇ ਬੰਦੇ ਨੂੰ ਗੱਲ ਕਰਾਂਗੇ ਜੇ ਅਸੀਂ ਉਹਨੂੰ ਇਹ ਨਹੀਂ ਲੱਗਣ ਵੀ ਸਾਡਾ ਉਹਨੂੰ ਗੱਲ ਕੀ ਨਹੀਂ ਸੁਣਨੀ ਆ ਹੁਣ ਤੱਕ ਜਿਹੜਾ ਕਾਮਰੇਡ ਨੇ ਜਦੋਂ ਸਿਰ ਮਨਾਤਾ ਜਿਹੜੇ ਵੀ ਕਾਮਰੇਡ ਨੇ ਉਹਦੀ ਗੱਲ ਨਹੀਂ ਸੁਣੀ
अच्छा गल उसी दी सुनी है जड़ा कहना यार गुरु दा सिख काम लड़ा तो फिर वो बाद उसे गुरु ते सवाल करते ना कदे नहीं करते हो ਤੁਸੀਂ ਵੀ ਤਾਂ ਕੀਤੇ ਆ ਮੈਂ ਐ ਨਹੀਂ ਕੀਤੇ ਨਾ 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 ਤੁਸੀਂ ਪਹਿਲੀ ਪਾਤਸ਼ਾਹੀ ਤੁਸੀਂ ਇਹ ਮੰਨਦੇ ਨਹੀਂ ਵੀ ਉਹ ਨਹੀਂ ਨਹੀਂ ਉਹ ਤੇ ਸਵਾਲ ਨਹੀਂ ਹੈ ਅਸੀਂ ਤਾਂ ਪੁਜਾਰੀ ਸ਼੍ਰੇਣੀ ਜਿਹੜੀ ਅੰਧ ਵਿਸ਼ਵਾਸ ਨਹੀਂ ਉਹ ਤਾਂ ਪੁਜਾਰੀ ਦੀ ਗੱਲ ਹੈ ਨਾ ਗੁਰੂ ਸਾਹਿਬ ਨਾਲ ਜਿਹੜੀਆਂ ਜੁੜੀਆਂ ਗੱਲਾਂ ਨੇ ਗੱਲਾਂ ਪੁਜਾਰੀ ਸ਼੍ਰੇਣੀ ਦੀਆਂ ਕਈ ਵਾਰੀ ਇਹ ਧਾਰਨਾਵਾਂ ਪੈਦਾ ਕੀਤੀਆਂ ਜਾਂਦੀਆਂ ਅਵਤਾਰਵਾਦ ਆ ਜਾਂਦੇ ਹਾਂ ਆਪਾਂ ਵੀ ਅਵਤਾਰ ਨੂੰ ਮੰਨਦੇ ਆ ਈਸਾ ਦਾ ਕੋਈ ਅਵਤਾਰ ਨਹੀਂ ਹੋਇਆ ਹਾਂ ਫਿਰ ਵੀ 225 ਕਰੋੜ ਲੋਕ ਆ ਉਹਨੂੰ ਮੰਨਣ ਵਾਲੇ ਹਾਂ ਮੁਹੰਮਦ ਸਾਹਿਬ ਦਾ ਕੋਈ ਅਵਤਾਰ ਨਹੀਂ ਹੋਇਆ ਭੁੱਖਾ ਮਰਦਾ ਸੀ ਗਊਆਂ ਆਪਣੇ ਬੋਤੀਆਂ ਅਤੇ ਖੋਤੇ ਚਾਰਦਾ ਸੀ ਬੁਰਾ ਹਾਲ ਸੀ ਆਪ ਤੋਂ ਵੱਡੀ ਉਮਰ ਦੀ ਜਨਾਨੀ ਨਾਲ ਵਿਆਹ ਕਰਾਉਣਾ ਪਿਆ ਦੋ ਬੇਟੀਆਂ ਹੋਈਆਂ ਅੱਗੇ ਕੋਈ ਪੁੱਤ ਨਹੀਂ ਸੀ ਕਿਹਦੀ ਗੱਲ ਕਰ ਰਹੇ ਹਜ਼ਰਤ ਸਾਹਿਬ ਦੀ ਹਾਂ ਹਜ਼ਰਤ ਮੁਹੰਮਦ ਸਾਹਿਬ ਦੀ ਅਤੇ ਬਹੁਤ ਬੁਰੇ ਦਿਨ ਸੀ ਪਰ ਆਪਣਾ ਇੱਕ ਕਿਰਦਾਰ ਸੀ ਜੇ ਕਹੀਏ ਨਾ ਜੀ ਉਹ ਸਿੱਧਾ ਸੁਰਗਾਂ 'ਚ ਆਇਆ ਸੀ ਉਹ ਅਰਬ ਦੇਸ਼ ਦੇ ਵਿੱਚ ਰਿਹਾ ਉਹਨਾਂ ਦਾ ਦੁੱਖ ਵੇਖਿਆ ਉਹਨਾਂ ਦੀਆਂ ਪੀੜਾਂ ਵੇਖੀਆਂ ਅਤੇ ਫਿਰ ਉਹਨਾਂ ਪੀੜੀਆਂ ਦੇ ਬਾਰੇ ਆਪਣੇ ਵਿਵੇਕ ਨਾਲ ਗੱਲ ਕੀਤੀ ਇਹ ਹੈ ਵੱਡੀ ਗੱਲ ਹੁਣ ਫਿਰ ਈਸਾ ਦੇ ਨਾਲ ਵੀ ਤਾਂ ਜੁੜੀ ਈਸਾ ਮਸੀਹ ਦੇ ਨਾਲ ਉਹ ਵੀ ਝੂਠ ਮਾਰਦੇ ਨੇ ਵੀ ਮਦਰ ਮੈਰੀ ਹਾਂ ਸਭ ਝੂਠ ਮਾਰਦੇ ਨੇ ਇੱਕ ਉਹਨਾਂ ਵੇਲਾਂ ਦੇ ਵਿੱਚ ਕਬੀਲਿਆਂ ਦੇ ਵਿੱਚ ਕੁਆਰੀਆਂ ਲੜਕੀਆਂ ਦੇ ਬੱਚੇ ਪੈਦਾ ਹੋ ਜਾਂਦੇ ਸੀ ਹਾਂ ਹੋ ਜਾਂਦੇ ਸੀ ਆਪਣੇ ਹੋਏ ਨੇ ਆ ਕਰਨ ਸੀ ਕੁਆਰੀ ਦਾ ਹੀ ਸੀ ਕੁੰਤੀ ਦਾ ਉਹਨਾਂ ਵੇਲੇ ਚੱਲਦਾ ਸੀ ਇਹ ਟ੍ਰਾਈਬਲ ਜਿਹੜੇ ਹੈ ਨਾ ਇੰਸਟਿੰਕਟ ਟ੍ਰਾਈਬਲ ਉਸ ਵਕਤ ਦੇ ਰਿਵਾਜ਼ ਸੀ ਫਿਰ ਹੌਲੀ ਹੌਲੀ ਜਦੋਂ ਫਿਊਡਲ ਯੁੱਗ ਆ ਗਿਆ ਮੇਰਾ ਇਹੀ ਸਵਾਲ ਹੈ ਕਿ ਜਦੋਂ ਤੁਸੀਂ ਕਾਰਪੋਰੇਟ ਦੇ ਖਿਲਾਫ ਲੜਦੇ ਹੋ ਤੁਸੀਂ ਸਰਕਾਰ ਦੇ ਰਾਜ ਦੇ ਖਿਲਾਫ ਲੜਦੇ ਹੋ ਉਸ ਲੜਾਈ ਦੇ ਪੈਰਲਲ ਧਰਮ ਨਾਲ ਲੜਾਈ ਕਿਉਂ ਵਿੱਢੀ ਜਾਂਦੀ ਹੈ ਨਹੀਂ ਧਰਮ ਨਾਲ ਤਾਂ ਲੜਾਈ ਕੋਈ ਵਿੜਦਾ ਹੀ ਨਹੀਂ ਧਰਮ ਦੀ ਲੜਾਈ ਹੋਰ ਦੱਸੀਏ ਤੁਹਾਨੂੰ ਵੀ ਧਰਮ ਦੀ ਲੜਾਈ ਨਹੀਂ ਵਿੱਢੀ ਜਾਂਦੀ ਅਸਲ ਵਿੱਚ ਧਰਮ ਦੇ ਬੰਦੇ ਕਾਰਪੋਰੇਟ ਸੈਕਟਰ ਦੇ ਧੱਕੇ ਚੜੇ ਹੋਏ ਨੇ ਅਸਲੀਅਤ ਹੈ ਇਹ ਪਰ ਉਹਨਾਂ ਤੇ ਸਵਾਲ ਕਰੋ ਉਹਨਾਂ ਮੈਂ ਸਾਂ ਧੱਕੇ ਚੜੇ ਇਤਿਹਾਸ ਤੇ ਹੀ ਸਵਾਲ ਹੋਣ ਲੱਗ ਜਾਂਦਾ ਇਤਿਹਾਸ ਤੇ ਨਹੀਂ ਇਤਿਹਾਸ ਦੀ ਜਿਹੜੀ ਕੋਈ ਘਟਨਾ ਹੈ ਨਾ ਗਲਤ ਵੇਖੋ ਇਤਿਹਾਸ ਕਿਤੇ ਕੋਈ ਘਟਨਾ ਹੈ ਮੰਨ ਲਓ ਘਟਨਾ ਦੇ ਚਰਨਜੀਤ ਸਿੰਘ ਤੋਂ ਗਲਤੀ ਹੋ ਜੇ ਅਤੇ ਉਹ ਇਤਿਹਾਸਿਕ ਘਟਨਾ ਤੇ ਸਵਾਲ ਹੋ ਗਿਆ ਪਰ ਉਹ ਧਰਮ ਦੇ ਥੋੜ੍ਹਾ ਸਵਾਲ ਹੈ ਧਰਮ ਦੇ ਸਵਾਲ ਹੁਣ ਰਣਜੀਤ ਮਹਾਰਾਜ ਰਣਜੀਤ ਸਿੰਘ ਦੇ ਮੋਰਾਂ ਬਾਈ ਬਾਰੇ ਹੁੰਦੇ ਆ ਸਵਾਲ ਸਵਾਲ ਹੋਣੇ ਨਾ ਕਿਉਂ ਕਰਨ ਹਾਂ ਕਿਉਂਕਿ ਉਸ ਵਕਤ ਇਹ ਸੀ ਵੀ ਯਾਰ ਗੁਰੂ ਦਾ ਸਿੱਖ ਹੋਵੇ ਅਤੇ ਕੰਜਰੀ ਨਹੀਂ ਚਾਵੇ ਇੱਥੇ ਮੰਨਣਾ ਹੈ ਨਾ ਇਹ ਤਾਂ ਸੰਭਵ ਨਹੀਂ ਕਿਉਂਕਿ ਇੱਕ ਪਾਸੇ ਤਾਂ ਕਹਿੰਦੇ ਵੀ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਅਤੇ ਕਿੱਥੇ ਕਹਿੰਦਾ ਮੈਂ 26-27 ਵਿਆਹ ਕਰਾਵਾਂ ਮਗਰੋਂ ਵੀ ਰਾਜਾ ਨੇ 20 ਵਿਆਹ ਕਰਾਏ ਆ ਆਹ ਵੇਖ ਪਟਿਆਲੇ ਮਹਾਰਾਜ ਭੁਪਿੰਦਰ ਸਿੰਘ ਕਿੰਨੇ ਵਿਆਹ ਸੀ ਐਵਰੀਬੋਡੀ ਨੋ ਸਾਰੇ ਬੰਦੇ ਜਾਣਦੇ ਆ ਹੈਂ ਅਤੇ ਬੜੇ ਬੜੇ ਮਾਣ ਨਾਲ ਦੱਸਦੇ ਵੀ ਸਾਡੇ ਦਾਦੇ ਦੇ ਇੰਨੇ ਵਿਆਹ ਸੀ ਆਪਾਂ ਵੀ ਬੜੇ ਮਾਣ ਨਾਲ ਸੁਣਦੇ ਹਾਂ ਵੀ ਬਾਹਰ ਗਿਆ ਭੁਪਿੰਦਰ ਸਿੰਘ ਦੇ ਭਾਈ ਬੜੇ ਵਿਆਹ ਸੀ ਠੀਕ ਹੈ ਨਾ ਕ੍ਰਿਸ਼ਨ ਮਾਰ ਦੀਆਂ ਕਿੰਨੀਆਂ ਗੋਪੀਆਂ ਦੀਆਂ ਆਪਾਂ ਗੱਲਾਂ ਸੁਣਦੇ ਹਾਂ ਆਪਾਂ ਬੜੇ ਮਾਣ ਨਾਲ ਸੁਣਦੇ ਹਾਂ ਪੰਡਿਤ ਬੜੇ ਮਾਣ ਨਾਲ ਸੁਣਾਉਂਦਾ ਇਹ ਨਹੀਂ ਪਰ ਉਹ ਕਾਮਰੇਡਾਂ ਨੂੰ ਚੰਗੀਆਂ ਕਿਉਂ ਨਹੀਂ ਲੱਗਦੀਆਂ ਨਹੀਂ ਨਹੀਂ ਇਹ ਕਾਮਰੇਡੇ ਆ ਵੀ ਹੁਣ ਉਹ ਇਹ ਆ ਵੀ ਫਿਊਡਲ ਯੁੱਗ ਦੇ ਵਿੱਚ ਇੱਕ ਬੰਦੇ ਦੇ ਤਾਂ 500 ਸ਼ਾਦੀ ਹੋ ਜੇ ਅਤੇ 499 ਬੰਦੇ ਬਿਨਾਂ ਵਿਆਹ ਤੋਂ ਹੋ ਜਾਣ ਅਤੇ ਫਿਰ ਛੜੇ ਹੋਣਗੇ ਅਤੇ ਫਿਰ ਸਮਾਜ 'ਚ ਕੀ ਪੈਦਾ ਹੋਊਗਾ ਛੜਾ ਕੌਣ ਰਹਿੰਦਾ ਨਹੀਂ ਨਹੀਂ ਕੁਛ ਵੀ ਹੈ ਵਿਆਹ ਅਤੇ ਛੜੇ 'ਚ ਬੜਾ ਫਰਕ ਹੈ ਬਹੁਤ ਫਰਕ ਹੈ ਫਿਰ ਉਹ ਜੇ ਛੜਾ ਨਹੀਂ ਰਹਿੰਦਾ ਤੁਸੀਂ ਇਹ ਤਾਂ ਮੰਨੋ ਵੀ ਜੇ ਪੰਥਕ ਕੱਟੜਵਾੜ ਕਿਸੇ ਵੀ ਧਰਮ ਦਾ ਮਾੜਾ ਹੈ ਹਰ ਇੱਕ ਦਿਨ ਤਾਂ ਕਾਮਰੇਡੀ 'ਚ ਵੀ ਕੱਟੜਵਾਦ ਮਾੜਾ ਹੈ ਕਾਮਰੇਡੀ ਜਿਹੜੀ ਜੇ ਤਾਂ ਬੇਲੋੜਾ ਜਿਹਨੂੰ ਕਹਿੰਦੇ ਆ ਵੀ ਬਿਨਾਂ ਤਰਕ ਤੋਂ ਅਤੇ ਬਿਨਾਂ ਫੈਕਟਸ ਤੋਂ ਕੋਈ ਗੱਲ ਕਰੇ ਕਾਮਰੇਡ ਉਹ ਤਾਂ ਨਹੀਂ ਗੱਲ ਜੱਚਦੀ ਮੈਨੂੰ ਤਾਂ ਨਹੀਂ ਜੱਚਦੀ ਹੋਰ ਵੀ ਜੱਚਦੀ ਹੋ ਸਕਦੀ ਹੈ ਜੱਚਦੀ ਕੋਈ ਬੰਦਾ ਕਹਿ ਸਕਦਾ ਮੈਂ ਦੱਸਦਾ ਅਸੀਂ 1972 ਦੇ ਵਿੱਚ ਚੰਡੀਗੜ੍ਹ ਪੜ੍ਹਦੇ ਸੀ ਉਦੋਂ ਉੱਥੇ ਮੁੰਡੇ ਨੈਕਸਟ ਲਾਈਟਾਂ ਦਾ ਬੜਾ ਬੋਲਬਾਲਾ ਸੀ ਅਤੇ ਉਹ ਅਕਸਰ ਟਿੱਪਣੀਆਂ ਇਹੋ ਜਿਹੀਆਂ ਕਰ ਦਿੰਦੇ ਅਕਸਰ ਅਸੀਂ ਵਿੱਚ ਮੁੰਡੇ ਵੀ ਸੀਗੇ ਉਹਨਾਂ ਵੇਲਾਂ 'ਚ ਪੱਗਾਂ ਵੀ ਲਾਤੀਆਂ ਲੋਕਾਂ ਨੇ ਦਾੜੀਆਂ ਵੀ ਮਨਾ ਲਈਆਂ ਉਦੋਂ ਪਹਿਲਾਂ ਕੋਈ ਪੱਗ ਦਾੜੀ ਮਨਾਉਂਦਾ ਨਹੀਂ ਸੀ ਹਾਂ ਨਹੀਂ ਮਨਾਉਂਦਾ ਸੀ ਅਸੀਂ ਜਿਹੜੇ ਕੁਛ ਬੰਦੇ ਸੀ ਅਸੀਂ ਕਹਿੰਦੇ ਯਾਰ ਵੀ ਪੱਗ ਦਾੜੀ ਨਾਲ ਕੀ ਹੈ ਇਹਦਾ ਕੀ ਸੰਬੰਧ ਹੈ ਜਿਹਨੂੰ ਆਪਾਂ ਲੈਂਦੇ ਹਾਂ ਪੱਗ ਤਾਂ ਸਾਡੇ ਐਥੋਸ ਦਾ ਇਸ ਕਰਕੇ ਸਾ ਵੀ ਏਸ਼ੀਆ ਦੀ ਡਰੈਸ ਹੈ ਪੱਗ ਕੀ ਹੈ ਏਸ਼ੀਅਨ ਹੈੱਡ ਗੀਅਰ ਵੀ ਹਾਂ ਯੂਰਪ ਦੀ ਡਰੈਸ ਨਹੀਂ ਹੈ ਇਹ ਅਤੇ ਅਸੀਂ ਕਹਿੰਦੇ ਅਸੀਂ ਲਾਹਤੀ ਕੀ ਹੋ ਗਿਆ ਜੇ ਲਾਹਤੀ ਤਾਂ ਕਾਹਦੇ ਵਾਸਤੇ ਲਾਹਤੀ ਤੈਨੂੰ ਨੰਗੇ ਸਿਰ ਤੁਹਾਨੂੰ ਥੋੜ੍ਹਾ ਮੈਂ ਸਿਰ ਮੁੰਨ ਕੇ ਅਤੇ ਸਿਗਰਟ ਪੈਰੇ ਖੜਾ ਦਿੰਦੇ ਹਾਂ ਅਤੇ ਤੁਹਾਨੂੰ ਸਨ ਸਟ੍ਰੋਕ ਹੋ ਜੂ ਜਿਹੜੀ ਪੱਗ ਹੈ ਜਿਹੜੀ ਧਰਮ ਨਾਲੋਂ ਵੱਧ ਸਾਡੀ ਬਾਈ ਜੀ ਸਰੀਰ 'ਤੇ ਰੱਖਿਆ ਕਰਦੀ ਹੈ ਧੁੱਪ ਤੋਂ ਅਤੇ ਠੰਡ ਤੋਂ ਜੇ ਤੁਹਾਨੂੰ ਉੱਥੇ ਨੰਗਾ ਕਰਕੇ ਖੜਾ ਦਿੰਦੇ ਹਾਂ ਸਨ ਸਟ੍ਰੋਕ ਹੋ ਜੂਗੀ
पग करके नहीं होंगी सीधी गल कुछ गल्लां जिहड़ियां उह तर्क तों पासे है नहीं तर्क तों पासे तुसीं तुसीं गल्लां नहीं तुसीं चार जाने कार ते चले सी एक्सीडेंट हो गया तीन मर गए एक बच गया उत्थे केड़ा तर्क कम करदा है नहीं बेटे उत्थे केड़ा लॉजिक कम करदा है लॉजिक बिल्कुल नहीं उत्थे भी लॉजिक कम करदा होर किते करे ना करे उत्थे फिजिकल लॉजिक जरूर कम करदा है ते पता थोड़ी सी हां बंदे नूं नहीं पता हुंदा 5 मिंट पहलां बंदे ने सीट बदली ना मैं चलाउंदा सी तूं इधर आ जा उधर आ जा कार वज्जी जाके उहदी मौत हो गई ओ सीधी होई परमात्मा उत्तों आके भी सानू बचा लैंदा है ते जे परमात्मा ने इत्थे इन्हें बचाउणा सी डिगण तो पहला ते परमात्मा उदों पहला इन्हें ही विवेक दे दिंदा वी बच्चा डिगे क्यों एक बजुर्ग माता कहंदी है एक बजुर्ग माता किसे नूं कहंदी है वी माता मुंडे नूं वी मैनूं उत्थों तां ही छड्ड दे ओह गुस्से जाए कहंदा आपे तुर जा तूं ओह एक वारी तां इह महसूस हुंदा है वी उहने माता दी बेइज्जती सुनी नहीं ओह आप हल्दी है जदों हल्दी है तां पिछों छज्जा डिग पैंदा बच जांदी है ओह उत्थे कहड़ा लॉजिक नहीं कोई लॉजिक नहीं पर ओह ऐ नहीं हर चीज कदों किवें डिगने बंदे नूं इत्थे कहिंदा पता नहीं ना है पर इहनूं इह कहणा वी उतला कर रिहा है नहीं पता हुण आपां इत्थे बैठे हां कोई है इह मंनदे हो वी कुदरत तुसीं परमात्मा है नहीं टल्ली कुदरत हां कुदरत दे नेम अटल ਉਹਨਾਂ ਦੇ ਅਨੁਸਾਰ ਸਭ ਕੁਛ ਹੋਣਾ ਹੈ ਉਹਨਾਂ ਦੇ ਨਿਯਮਾਂ ਅਨੁਸਾਰ ਹੀ ਥੋੜ੍ਹਾ ਜਨਮ ਹੈ ਨਿਯਮਾਂ ਅਨੁਸਾਰ ਹੀ ਬੁਢਾਪਾ ਹੈ ਨਿਯਮਾਂ ਅਨੁਸਾਰ ਹੀ ਬਿਮਾਰੀ ਹੈ ਨਿਯਮਾਂ ਅਨੁਸਾਰ ਹੀ ਥੋੜ੍ਹੀ ਮੌਤ ਹੈ ਕੁਦਰਤ ਦੇ ਵਿੱਚ ਸਭ ਕੁਛ ਹੈ ਐਨ ਤੁਸੀਂ ਤੁਹਾਨੂੰ ਇੰਨਾ ਬਰੀਕੀ ਤੱਕ ਗਏ ਕਿ ਅਜੇ ਤੱਕ ਹਿੰਦੁਸਤਾਨ ਦੇ ਬੰਦੇ ਇਸ ਪਾਸੇ ਤੁਰੇ ਨਹੀਂ ਵਿਗਿਆਨ ਅੱਜ ਤੱਕ ਯੂਰਪ ਦਾ ਕਾਫੀ ਤੁਰ ਗਿਆ ਗੁੱਡ ਅਤੇ ਅੱਜ ਅਸੀਂ ਵਿਗਿਆਨ ਯੂਰਪ ਦੇ ਵਿਗਿਆਨ ਨੂੰ ਅਪਣਾ ਕੇ ਬਹੁਤ ਗੱਲਾਂ ਦੇ ਅਸੀਂ ਨੇੜੇ ਪਹੁੰਚੇ ਹਾਂ ਪਰ ਜਿਹੜਾ ਸਾਡਾ ਅਨਪੜ੍ਹ ਟੋਲਾ ਹੈ ਉਹ ਕਹਿੰਦਾ ਨਾ ਨਾ ਇਹ ਨਹੀਂ ਜੀ ਹੋ ਸਕਦਾ ਉਹਨਾਂ ਨੂੰ ਐਂ ਲੱਗਦਾ ਵੀ ਸਾਡੀ ਕਿਤੇ ਗੁਰਗੱਦੀ ਤਾਂ ਨਹੀਂ ਸਾਡੀ ਜਿਹੜੀ ਅਸੀਂ ਸਾਡੀ ਚੌਧਰਾ ਉਹ ਤਾਂ ਨਹੀਂ ਖਿਸਕਦੀ ਹਾਲਾਂਕਿ ਵਿਗਿਆਨ ਨੇ ਕਿਸੇ ਨੂੰ ਕੀ ਕਹਿਣਾ ਹੁੰਦਾ ਵਿਗਿਆਨ ਨੇ ਤੁਹਾਨੂੰ ਸੁੱਖ ਦੇਣਾ ਹੁੰਦਾ ਜੇ ਤੁਸੀਂ ਲੈਣਾ ਤਾਂ ਆ 5G ਜਿਹੜਾ ਆਈ ਜਾਂਦਾ ਵੀ ਵਿਗਿਆਨ ਹੀ ਹੈ ਵਿਗਿਆਨ ਨੇ ਦਿੱਤੇ ਦੀ ਦੁਰਵਰਤੋਂ ਕਿਹਨੇ ਕੀਤੀ ਤਾਂ ਇਹ ਸਵਾਲ ਹੋ ਗਿਆ ਸੀ ਕਿ ਮੈਨਮੇਡ ਹੋ ਸਕਦਾ ਇਹ ਵੀ ਵਿਗਿਆਨ ਹੈ ਵਿਗਿਆਨ ਹੈ ਪਰ ਕੀਤਾ ਕਿਹਨੇ ਬੰਦੇ ਨੇ ਵਿਗਿਆਨ ਨੇ ਨਹੀਂ ਕਿਹਾ ਵੀ ਮੈਂ ਇੱਥੇ ਆਹ ਬੁਰਾ ਕੰਮ ਕਰਾਂ ਬੰਦਾ ਜਦੋਂ ਬੰਬ ਬਣਾਉਂਦਾ ਹੈ ਤਾਂ ਵਿਗਿਆਨ ਨੇ ਬੰਬ ਖਰੋਦਿਆ ਬੰਬ ਬਣਾਉਂਦਾ ਤਾਂ ਦੋਸ਼ ਕਿਹਦਾ ਬੰਦੇ ਦਾ ਕਿਉਂ ਬਣਾਇਆ ਜੇ ਉਸੇ ਹੀ ਐਟਮਿਕ ਬੰਬ ਦੀ ਜਿਹੜੀ ਹੈ ਐਟੋਮਿਕ ਨੂੰ ਐਨਰਜੀ ਨੂੰ ਹੋਰ ਕੰਮ 'ਚ ਵਰਤ ਲਏ ਤਾਂ ਕਿੱਡਾ ਵਧੀਆ ਚੀਜ਼ ਹੈ ਇੰਨੀ ਕਹਾਣੀ ਹੈ ਇਹ ਜਦੋਂ ਰਾਜ ਕਰਦਾ ਸ਼੍ਰੇਣੀ ਵਪਾਰੀ ਸ਼੍ਰੇਣੀ ਅਤੇ ਅਧਿਕਾਰੀ ਸ਼੍ਰੇਣੀ ਮਿਲ ਕੇ ਕੰਮ ਕਰਦੇ ਆ ਵਿਗਿਆਨ ਨੂੰ ਵੀ ਆਪਦੇ ਹੱਕ ਵਿੱਚ ਜ਼ੁਲਮ ਦਾ ਹਥਿਆਰ ਬਣਾ ਲੈਂਦੇ ਆ ਇਸ ਤਰ੍ਹਾਂ ਧਰਮ ਵੀ ਜ਼ੁਲਮ ਦਾ ਹਥਿਆਰ ਬਣ ਜਾਂਦਾ ਹੈ ਰਾਜ ਕਰਦਾ ਸ਼੍ਰੇਣੀ ਦਾ ਸਾਰਾ ਸਮੱਸਿਆ ਹੁੰਦਾ ਇਹ ਉਹਨਾਂ ਦੇ ਹਥਿਆਰ ਨੇ ਰਾਜ ਨੂੰ ਵੀ ਹਥਿਆਰ ਦੇ ਤੌਰ 'ਤੇ ਵਰਤਿਆ ਕਿ ਇਸਲਾਮ ਨੇ ਕਿੰਨਾ ਵਰਤਿਆ ਈਸਾਈਆਂ ਨੇ ਕਿੰਨਾ ਵਰਤਿਆ ਹਿੰਦੂਆਂ ਨੇ ਕਿੰਨਾ ਵਰਤਿਆ ਬੋਧੀਆਂ ਨੇ ਕਿੰਨਾ ਵਰਤਿਆ ਅਜੇ ਤੱਕ ਆਪਾਂ ਸਿੱਖਾਂ ਨੇ ਨਹੀਂ ਵਰਤਿਆ ਕਿਉਂਕਿ ਆਪਾਂ ਨੂੰ ਟਾਈਮ ਨਹੀਂ ਮਿਲਿਆ ਆਪਣੇ ਕੋਲ ਥੋੜ੍ਹਾ ਟਾਈਮ ਸੀ 40 ਸਾਲ ਸੀਗਾ 40 ਸਾਲ ਤੋਂ ਬਾਅਦ ਸਾਰੇ ਆਟੋ ਵੀਂਟ ਹੋ ਗਏ ਅੰਗਰੇਜ਼ ਨੇ ਮਾਰੇ 4-4-70 ਕਬਜ਼ਾ ਕਰ ਲਿਆ ਕੁਛ ਆਪਣੇ ਜਿਹੜਾ ਤੁਹਾਨੂੰ ਲੱਗਦਾ ਵੀ ਜਿਵੇਂ ਲੋਕ ਗੁਰੂ ਘਰਾਂ 'ਚ ਜਾਂ ਹੋਰ ਧਾਰਮਿਕ ਸਥਾਨਾਂ 'ਤੇ ਜਾਂਦੀ ਜਿਨ੍ਹਾਂ ਦਾ ਭਰੋਸਾ ਹੁੰਦਾ ਹੈ ਕਿਤੇ ਜਾ ਕੇ ਕੋਈ ਔਲਾਦ ਦਾ ਉਹ ਮੰਗਦੀ ਹੈ ਕਿਤੇ ਜਾ ਕੇ ਕੋਈ ਕਿਸੇ ਦੀ ਕੋਈ ਗੱਲ ਪੂਰੀ ਹੁੰਦੀ ਹੈ ਇੱਕ ਭਰੋਸਾ ਹੈ ਜਿਹਨਾਂ ਨੂੰ ਜਿਹੜੇ ਜਾ ਕੇ ਉੱਥੇ ਤਾਂ ਉਹ ਤੁਸੀਂ ਕਹਿੰਦੇ ਹੋ ਵੀ ਉਹ ਨਹੀਂ ਹੁੰਦਾ ਇਸ ਤਰ੍ਹਾਂ ਸਭ ਕੁਝ ਵਿਗਿਆਨ ਹੈ ਵਿਗਿਆਨ ਹੈ ਦਾਦਾ ਹੁਣ ਵੇਖੋ ਬੱਚਾ ਪੈਦਾ ਹੋਣਾ ਥੋੜ੍ਹੇ ਬੱਚਾ ਪੈਦਾ ਨਹੀਂ ਹੁੰਦਾ ਗੁਰਦੁਆਰੇ 'ਚ ਮੱਥਾ ਟੇਕਣ ਵਾਲਾ ਬੱਚਾ ਪੈਦਾ ਨਹੀਂ ਹੁੰਦਾ ਹੁਣ IEF ਸਿਸਟਮ ਖਰੀਦ ਲਿਆ ਖੋਜ ਲਿਆ ਉਹਨੇ ਸਿੱਧ ਕਰਤਾ ਵੀ ਕਦੋਂ ਵੀ ਬੱਚਾ ਪੈਦਾ ਕੀਤਾ ਜਾ ਸਕਦਾ ਕੋਈ ਬੰਦਾ ਬੇ ਔਲਾਦ ਨਹੀਂ ਮਰ ਸਕਦਾ ਬੰਦੇ ਨੂੰ ਬੰਦੇ ਦੀ ਮੌਤ ਤੋਂ ਬਾਅਦ ਵੀ ਉਹਦੇ ਸਪਰਮ ਤੋਂ ਪੈਦਾ ਕੀਤਾ ਜਾ ਸਕਦਾ ਦਾਦੇ ਨੂੰ ਪੋਤੇ ਦੇ ਬਰਾਬਰ ਪੈਦਾ ਕੀਤਾ ਜਾ ਸਕਦਾ ਅੱਜ ਤੁਹਾਡੇ ਸਪਰਮਾਂ ਦੀ ਤੁਹਾਡਾ ਅਬਾਲ ਹੈ ਇਹਦੇ ਵਿੱਚੋਂ ਤੱਤ ਲੈ ਲੈਣਗੇ ਅਬਾਲ ਹੀ ਹੈ ਨਾ ਇਹ ਤੋਂ ਵੀ ਬੰਦਾ ਪੈਦਾ ਕੀਤਾ ਜਾ ਸਕਦਾ ਇਹ ਵਿਗਿਆਨ ਨੇ ਤਰੱਕੀ ਹੈ ਦੁਨੀਆਂ ਦੇ ਵਿੱਚ ਕੋਈ ਬੰਦਾ ਬੇ ਔਲਾਦ ਦਾ ਨਹੀਂ ਮਰ ਸਕਦਾ ਜਦੋਂ ਮਰਜ਼ੀ ਜਿੰਨੇ ਮਰਜ਼ੀ ਬੱਚੇ ਪੈਦਾ ਕਰ ਲਓ ਜਿੰਨੇ ਮਰਜ਼ੀ ਮੁੰਡੇ ਪੈਦਾ ਕਰ ਲਓ ਜਿੰਨੀ ਮਰਜ਼ੀ ਕੁੜੀਆਂ ਪੈਦਾ ਕਰ ਲਓ ਵਿਗਿਆਨ ਨੇ ਤੁਹਾਡੇ ਸਾਹਮਣੇ ਕੱਢਤਾ ਜੇ ਅਸੀਂ ਮੰਦਰਾਂ ਗੁਰਦੁਆਰਿਆਂ 'ਚ ਮੱਥਾ ਟੇਕੀ ਜਾਣਾ ਤਾਂ ਹੋਣਾ ਹੀ ਨਹੀਂ ਸੀ ਉਹਨਾਂ ਨੇ ਕਿਹਾ ਵੀ ਨਹੀਂ ਬਈ ਆਹ ਐਕਸ ਵਾਈ ਆ ਐਕਸ ਵਾਈ ਆ ਕੱਢਤਾ ਇੰਨੇ ਮੁੰਡੇ ਚਾਹੀਦੇ ਆ ਉਨੇ ਹੋਇਆ ਕਰਨੇ ਇੰਨੀਆਂ ਕੁੜੀਆਂ ਚਾਹੀਦੀਆਂ ਆ ਲਓ ਭਾਈ ਇਹ ਵਿਗਿਆਨ ਜਿਹਦਾ ਨਹੀਂ ਹੁੰਦਾ ਉਹਦਾ ਨਹੀਂ ਵੀ ਹੁੰਦਾ ਇਹ ਨਹੀਂ ਨਹੀਂ ਹੁੰਦਾ ਹੁਣ ਆ ਗਏ ਐਕੂਰੇਸੀ ਆ ਗਈ ਨਾ ਠੀਕ ਹੈ ਪ੍ਰੋਬੇਬਿਲਟੀ ਵੱਧ ਗਈ ਬਤਾ ਦਿੱਤੀ ਨਾ ਇਹ ਇੱਕ ਵੱਖਰੀ ਗੱਲ ਬਹੁਤ ਵੱਡੀ ਗੱਲ ਹੈ ਇਹ ਵਿਗਿਆਨ ਦੀ ਪ੍ਰਾਪਤੀ ਨਹੀਂ
ਕਿੱਥੇ ਤਾਂ ਤੁਸੀਂ ਬੇਔਲਾਦ ਦੇ ਮਰਦੇ ਹੋ ਠੀਕ ਹੈ ਕਿੱਥੇ ਕਹਿੰਦੇ ਨਹੀਂ ਯਾਰ ਤੈਨੂੰ ਔਲਾਦ ਪੈਦਾ ਕੀਤੀ ਜਾ ਸਕਦੀ ਹੈ ਤੁਹਾਨੂੰ ਪੈਦਾ ਕਰਕੇ ਹੁਣੇ ਆਪਾਂ ਦੋ ਬੰਦੇ ਬੈਠੇ ਹਾਂ ਆਪਾਂ ਨੂੰ ਹੁਣੇ ਟੈਸਟ ਟਿਊਬ ਦੇ ਵਿੱਚ ਪਾ ਲੈਣਾ ਭਾਵੇਂ 50 ਸਾਲਾਂ ਬਾਅਦ ਆਪਾਂ ਨੂੰ ਪ੍ਰੋਡਿਊਸ ਕਰ ਲੈਣ ਭਾਵੇਂ 100 ਸਾਲ ਬਾਅਦ ਕਰ ਲੈਣ ਔਰ ਇਹ ਵੀ ਦੱਸ ਕੇ ਵੀ ਮੁੰਡਾ ਪੈਦਾ ਕਰਨਾ ਕਿ ਕੁੜੀ ਦੋਨੇ ਹੋ ਸਕਦੇ ਠੀਕ ਹੈ ਹਾਂ ਇਸ ਕਰਕੇ ਨਾ ਵਿਗਿਆਨ ਦੀ ਬਹੁਤ ਵੱਡੀ ਪ੍ਰਾਪਤੀ ਹੈ ਪਰ ਵਿਗਿਆਨ ਦੀ ਪ੍ਰਾਪਤੀ ਦਾ ਮਤਲਬ ਇਹ ਨਹੀਂ ਕਿ ਸਮਾਂ ਮੈਂ ਇਹ ਕਹਿੰਦਾ ਵੀ ਜਿਹੜੇ ਸਾਡੇ ਅਖੌਤੀ ਧਾਰਮਿਕ ਬੰਦੇ ਨੇ ਪੜ੍ਹਦੇ ਘੱਟ ਹੁੰਦੇ ਆ ਇਹਨਾਂ ਦਾ ਧਾਰਮਿਕ ਅਧਿਐਨ ਤਾਂ ਹੁੰਦਾ ਉਹ ਵੀ ਅਡੰਬਰ ਦਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ ਕੱਲ੍ਹ ਬਹੁਤ ਗੱਲਾਂ ਕਰਦੇ ਕਰਨ ਲੱਗ ਗਏ ਨਾ ਕਰ ਗਿਆ ਨਾ ਬੰਦੇ ਦਾ ਪੁੱਤ ਬਣ ਗਿਆ ਉਹ ਮੈਨੂੰ ਨਹੀਂ ਸੀ ਵੀ ਉਹ ਐਂ ਬਦਲ ਜੂਗਾ ਦੇਖੋ ਕਹਿੰਦਾ ਯਾਰ ਮੈਂ ਹੁਣ ਉਹਦਾ ਬਾਬਾ ਵੀ ਨਹੀਂ ਘੋਣ ਨੂੰ ਤਿਆਰ ਸਿੱਧੂ ਨੂੰ ਔਰ ਇੱਕ ਬੰਦੇ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਬਾਬਾ ਰਣਜੀਤ ਸਿੰਘ ਹੁਣ ਸੰਤ ਨਹੀਂ ਰਹਿ ਗਿਆ ਇਹਨੂੰ ਤਾਂ ਕੋਈ ਲਾਲ ਕਿਤਾਬ ਦੇ ਗਿਆ ਔਰ ਇਹ ਸਿੱਖ ਕਹਿੰਦਾ ਲਾਲ ਕਿਤਾਬ ਪਰ ਉਹ ਵੀ ਲੌਜਿਕ ਦੀ ਗੱਲ ਕਰਦੇ ਨਾ ਉਹ ਤਾਂ ਕਹਿੰਦੇ ਆ ਵੀ ਤਰਕ ਤੇ ਗੱਲ ਕਰੋ ਲੌਜਿਕ ਤੇ ਗੱਲ ਕਰੋ ਬਿਲਕੁਲ ਠੀਕ ਆ ਕਹਿੰਦਾ ਇਹ ਅੱਛੀ ਗੱਲ ਮੈਂ ਤਾਂ ਹੈਰਾਨ ਹਾਂ ਵੀ ਉਹ ਬੰਦਾ ਇੰਨੀ ਛੇਤੀ ਕਮਾਲ ਦੀ ਗੱਲ ਟਵਿਸਟ ਕਰ ਗਿਆ ਪੁਜਾਰੀ ਸ਼ਰਨ 'ਚ ਟਵਿਸਟ ਕਰਨਾ ਬਹੁਤ ਔਖਾ ਉਹ ਕਰ ਗਿਆ ਇਹ ਬਹੁਤ ਵੱਡੀ ਗੱਲ ਮੈਂ ਤਾਂ ਹਾਲਾਂਕਿ ਮੇਰੇ ਨਾਲ ਤਾਂ ਉਹਦੇ ਮਤਭੇਦ ਸੀ ਮੈਂ ਉਹਨੂੰ ਕਦੇ ਮਿਲਿਆ ਨਹੀਂ ਉਹਦੇ ਬੰਦੇ ਜ਼ਰੂਰ ਮੈਨੂੰ ਮਿਲਦੇ ਨੇ ਬੜੇ ਪਿਆਰ ਸਤਿਕਾਰ ਨਾਲ ਮਿਲਦੇ ਵੀ ਬਾਪੂ ਜੀ ਸਾਡਾ ਰਾਹ ਬੜਾ ਠੀਕ ਹੋ ਗਿਆ ਮੈਂ ਜਿਉਂਦੇ ਰਹੋ ਬੋਲਿਆ ਹੈ ਵੀ ਜਿਉਂਦੇ ਰਹੋ ਭਾਈ ਰਾਹ ਠੀਕ ਹੋਣਾ ਚਾਹੀਦਾ ਰੋ ਥੋੜ੍ਹਾ ਠੀਕ ਹੈ ਵਿਚਾਰ ਨੇ ਠੀਕ ਕੌਣ ਹੈ ਕੌਣ ਨਹੀਂ ਹੈ ਇਹਦਾ ਫੈਸਲਾ ਨਹੀਂ ਹੋ ਸਕਦਾ ਅਜੇ ਤੱਕ ਬਹੁਤ ਦੂਰ ਹੈ ਤੁਸੀਂ ਸਹੀ ਹੋ ਜਾਂ ਨਹੀਂ ਸਹੀ ਇਹਦਾ ਫੈਸਲਾ ਨਹੀਂ ਕਰ ਸਕਦੇ ਜਿਹਨੂੰ ਕਹਿੰਦੇ ਐਬਸੋਲੂਟ ਫੈਸਲਾ ਜਿਹੜਾ ਹੁੰਦਾ ਨਾ ਕੈਟਾਗੋਰੀਕਲੀ ਸਪੀਕਿੰਗ ਜਿਹਨੂੰ ਕਹਿੰਦੇ ਐਬਸੋਲੂਟ ਫੈਸਲਾ ਨਹੀਂ ਹੁੰਦੇ ਇਹ ਸਾਰੇ ਸਪੇਖ ਹੁੰਦੇ ਆ ਵਿਗਿਆਨ ਦਾ ਲੱਭਦਾ ਸਪੇਖ ਰੈਲੇਟਿਵਿਟੀ ਹੁੰਦੀ ਆ ਉਹਦੇ ਵਿੱਚ ਜਿਹੜਾ ਹੈ ਨਾ ਐਲਬਰਟ ਆਈਨਸਟੀਨ ਆਇਆ ਇਹ ਵੀ ਵਿਗਿਆਨੀ ਸੀ ਇਹਨੇ ਬੜੀਆਂ ਕਮਾਲ ਦੀਆਂ ਗੱਲਾਂ ਕੀਤੀਆਂ ਇੱਕ ਇਹ ਇੱਕ ਕਾਰਲ ਮਾਰਕਸ ਇੱਕ ਸਾਈਕੋਲੋਜਿਸਟ ਸੀਗਾ ਫਰਾਇਡ ਇਹ ਇਹਨਾਂ ਨੇ ਧੁਰੇ ਬਦਲਤਾ ਚਿੰਤਨ ਦਾ ਜਦੋਂ ਚਿੰਤਨ ਦਾ ਧੁਰਾ ਬਦਲਤਾ ਤਾਂ ਤੁਹਾਡੇ ਕੋਲ ਵਿਗਿਆਨ ਵੀ ਵੱਧ ਆ ਗਿਆ ਉਹਦੀ ਸੱਚਾਈ ਵੱਧ ਆ ਗਈ ਚਿੰਤਨ ਵੱਧ ਆਇਆ ਤੁਹਾਡੇ ਰੋਗਾਂ ਦੀ ਜੜ ਮਿਟਾਤੀ ਤੁਹਾਡੀਆਂ ਸੰਭਾਵਨਾਵਾਂ ਨੂੰ ਵੱਧ ਕਰਤਾ ਹਾਂ ਇਹ ਹੈ ਇਸ ਕਰਕੇ ਨਾ ਵਿਗਿਆਨ ਨੂੰ ਸਾਨੂੰ ਹਾਂ ਹਿਊਮਨ ਟੱਚ ਆ ਜਿਹੜੀ ਜ਼ਿੰਦਗੀ 'ਚ ਬੰਦੇ 'ਚ ਬੰਦਾ ਦੇਖੋ ਬੰਦਾ ਤਾਂ ਹੈ ਨਾ ਜੀਵ ਤਾਂ ਜੀਵ ਹੀ ਹੈ ਨਾ ਮਨੁੱਖਤਾ ਦੇ ਵਿੱਚ ਜਿਹੜਾ ਮਨੁੱਖੀ ਭਾਵ ਹੈ ਉਹ ਹਮੇਸ਼ਾ ਰਹਿਣੇ ਚਾਹੀਦੇ ਆ ਉਹ ਮਾਨਸਿਕ ਜਿਹੜੀ ਮਨਫੀ ਨਹੀਂ ਹੋਣੇ ਚਾਹੀਦੇ ਜਦੋਂ ਮਨੁੱਖੀ ਭਾਵ ਸਾਡੇ 'ਚ ਪ੍ਰਚੰਡ ਰਹਿਣਗੇ ਸਾਡੇ ਵਿਚਾਰਧਾਰਾ ਨੂੰ ਮਤਲਬ ਗਾਈਡ ਕਰਨਗੇ ਫਿਰ ਸਾਡੇ ਫੈਸਲੇ ਘੱਟ ਗਲਤ ਹੋਣਗੇ ਇਹ ਪੱਕੀ ਗੱਲ ਹੈ ਪਰ ਗੱਲ ਉੱਥੇ ਬਾਣੀ ਤੇ ਫਿਰ ਆ ਗਈ ਮਨ ਤੋਂ ਬਾਣੀ ਸਰੂਪ ਹੈ ਆਪਣਾ ਮੂਲ ਪਛਾਣ ਵੇਖੋ ਵੇਖੋ ਬਾਣੀ ਹੈ ਜਿਹੜੀ ਹਾਂ ਤੁਸੀਂ ਜੋ ਕਹਿ ਰਹੇ ਹੋ ਸਾਰਾ ਕੋਈ ਰਿਲੇਟ ਕਰ ਰਿਹਾ ਹੈ ਵੇਖੋ ਜੋਤ ਕਿਉਂ ਨਹੀਂ ਮਨ ਤੋਂ ਜੋਤ ਸਰੂਪ ਹੈ ਆ ਗਿਆ ਨਾ ਚਿੰਤਨ ਕਰ ਪਹਿਲਾਂ ਦਾ ਖੋਜ ਜੋ ਖੋਜਾ ਸੋਈ ਭਾਵੇ ਆਹਦਾ ਖੋਜ ਪਹਿਲਾਂ ਆਹਦਾ ਪਹਿਲਾਂ ਸੁਣ ਫਿਰ ਕਹਿ ਵੇਖੋ ਉਹ ਕਿਉਂਕਿ ਇਹ ਸਾਰੀਆਂ ਤਰਕ ਦੀਆਂ ਗੱਲਾਂ ਨੇ ਪਹਿਲਾਂ ਤੂੰ ਉਹਦਾ ਸੁਣ ਭਾਈ ਫਿਰ ਕਹਿ ਤੂੰ ਭਾਈ ਜੋਤ ਸਰੂਪ ਹੈ ਉਹਨੂੰ ਪਛਾਣ ਤੂੰ ਐਂ ਨਾ ਸਮਝ ਮੈਂ ਡੰਗਰ ਹਾਂ ਜੋਤ ਸਰੂਪ ਹੈ ਆਪਣੀ ਜੋਤ ਨੂੰ ਪਛਾਣ ਚਿੰਤਨ ਪੈਦਾ ਕਰ ਵਿੱਦਿਆ ਪੈਦਾ ਕਰ ਵਿਵੇਕ ਪੈਦਾ ਕਰ ਵਿਚਾਰ ਪੈਦਾ ਕਰ ਗੋਸ਼ਟੀ ਪੈਦਾ ਕਰ ਇਹ ਬਾਬੇ ਨਾਨਕ ਵੇਲੇ ਸਾਰੀਆਂ ਪਰੰਪਰਾਵਾਂ ਸੜੀਆਂ ਔਰ ਉਹ ਬਾਬੇ ਨਾਨਕ ਇਹਨਾਂ ਦਾ ਪੂਰਾ ਪੱਲਾ ਫੜਿਆ ਔਰ ਉਹਦੀ ਦੁਰਵਰਤੋਂ ਨਹੀਂ ਕੀਤੀ ਸੁਯੋਗ ਵਰਤੋਂ ਕੀਤੀ ਇਸੇ ਕਰਕੇ ਤਾਂ ਘਾਬੜਦਾ ਨਹੀਂ ਸੀ ਉਹ ਬਾਬੇ ਨੇ ਵੱਡੇ ਤੋਂ ਵੱਡੇ ਬੰਦੇ ਨਾਲ ਪੰਗਾ ਲੈਣਾ ਜਾ ਕੇ ਤੀਰਥ ਸਥਾਨ 'ਤੇ ਪੰਡਿਤ ਨੂੰ ਕਹਿਣ ਵੀ ਕਾਜੀ ਕੂੜ ਬੋਲ ਮਲਕ ਖਾਏ ਬਾਹਮਣ ਨਾਲਾ ਜੀਆ ਕਾਏ ਅਤੇ ਉਹਨਾਂ ਨੇ ਵੀ ਸੁਣ ਕੇ ਉਹਨੂੰ ਟੋਲਰੇਟ ਕੀਤਾ ਬਾਬੇ ਦੇ ਪੱਥਰ ਨਹੀਂ ਮਾਰੇ ਉਹਨਾਂ ਨੇ ਦੇਖੋ ਮੈਂ ਤਾਂ ਇਹ ਵੀ ਕਹਿੰਦਾ ਵੀ ਗੁੱਡ ਬੇਸ਼ੱਕ ਉਹਨਾਂ ਆਪਣਾ ਧਰਮ ਦੂਜਾ ਸੀ ਰਾਹ ਵੱਖਰਾ ਸੀ ਪਰ ਬਾਬੇ ਦੀ ਗੱਲ ਵੀ ਸੁਣੀ ਉਹਨਾਂ ਨੇ ਨਹੀਂ ਸੁਣੀ ਉਹਨਾਂ ਤਾਂ ਉਸੇ ਤਰ੍ਹਾਂ ਹੀ ਹੈ ਗੰਗਾ 'ਚ ਨਹਾਉਂਦੇ ਨੇ ਬੰਦੇ ਨੂੰ ਖਾਂਦੇ ਨੇ ਅੱਜ ਵੀ ਖਾ ਰਹੇ ਨੇ ਪਰ ਕਈਆਂ ਬੰਦਿਆਂ ਨੇ ਬਾਬੇ ਦੀ ਇਹ ਗੱਲ ਸੁਣ ਲਈ ਉਹ ਕਹਿੰਦਾ ਯਾਰ ਆਪਾਂ ਉੱਥੇ ਨਹੀਂ ਜਾਣਾ ਜੇ ਨਹਾਉਣਾ ਤਾਂ ਬੰਦਾ ਖਾਣਾ ਫਿਰ ਕੀ ਫਾਇਦਾ ਜਿਹੜੇ ਬੰਦੇ ਬਾਬੇ ਦੇ ਆਖੇ 10 ਬੰਦੇ ਵੀ ਕੰਮ ਛੱਡ ਕੇ ਤਾਂ ਭਲਾ ਹੈ ਇਹ ਤਾਂ ਮੰਨਾਂਗੇ ਨਾ ਬਾਬੇ ਨੇ ਜਾ ਕੇ ਉਹਦੇ ਗੜ੍ਹ 'ਚ ਕਿਹਾ ਅਤੇ ਨਾ ਗੜ੍ਹ ਵਾਲੇ ਸਮਝੇ ਆ ਨਾ ਸਿੱਖ ਸਮਝੇ ਅਤੇ ਜੇ ਕੋਈ ਤੀਜਾ ਬੰਦਾ ਬਾਬੇ ਦੀ ਗੱਲ ਫੜ ਲਏ ਤਾਂ ਧੰਨ ਹੈ ਕੀ ਮਾੜਾ ਬਾਬਾ ਤਾਂ ਉਹਦਾ ਪੀਰ ਉਹਦਾ ਹੈ ਜਿਹਨੇ ਕਿਹਾ ਵੀ ਮੈਂ ਇਹ ਕੰਮ ਨਹੀਂ ਕਰਨਾ ਭਾਈ ਜੀਵ ਖਾ ਕੇ ਤਾਂ ਨਹਾਵਾਂ ਦੂਜੇ ਧਰਮ ਵਾਲੇ ਕਹਿੰਦੇ ਨਾ ਜੀ ਨਾਲੇ ਤਾਂ ਜੀਵ ਖਾਵਾਂਗੇ ਨਾਲੇ ਨਹਾਵਾਂਗੇ ਨਾਲੇ ਅਰਦਾਸ ਕਰਾਂਗੇ ਨਾਲੇ ਮਾਫੀਆਂ ਮੰਗਾਂਗੇ ਪਰ ਖਾਣੋਂ ਹਟਾਂਗੇ ਨਹੀਂ ਉਹਦੇ ਨਾਲ ਤਾਂ ਉਹ ਬੰਦਾ ਜਿਹੜਾ ਕਹਿੰਦਾ ਵੀ ਅੱਜ ਤੱਕ ਹੋ ਗਿਆ ਹੁਣ ਨਹੀਂ ਦੁਬਾਰੇ ਕੰਮ ਹੋਣਾ ਹੁਣ ਨਹੀਂ ਜੀਵ ਖਾ ਕੇ ਨਹਾਉਣਾ ਇਹ ਹੈ ਬਾਬੇ ਦਾ ਯੋਗਦਾਨ ਖੈਰ ਸਭ ਦਾ ਭਲਾ ਹਾਂ ਸਰਬ ਭਲਾ ਮਨੁੱਖ ਜਾਤੀ ਦੇ ਸਾਹਮਣੇ ਬਿਲਕੁਲ ਸਰਬੱਤ ਤਾਂ ਕਿਸੇ ਵੀ ਕੋਈ ਵੀ ਜੀਵ ਉਹ ਤਾਂ ਵੇਖੋ ਇਹ ਗੱਲ ਬੜੀ ਔਖੀ ਹੈ ਪਹੁੰਚਾਉਣੀ ਪੇਸ਼ ਕਰਨੀ
वो आता भी जेड़ा बंदा गलत हो के गलत करता है वो भी गलत क्यों करे वह भी भला हो गए वो गलती छड़ दे तो भला हो गया वो भी भला है ना जे कोई गुनाह करता तो गुनाह का एहसास हो गया तो एहसास हो गया तो गुनाह छड़ता भले च आ गया अपन कोई इतराज थोड़ा सू तो बहुत वही गल है भी हाँ भी एक बंद का गुनाह छड़ाता भाई भला हो गया यह जहाँ भला भाई सब का हो गए वो तो किसी न विरोध रखते नहीं वो तो जो औरंगजेब अपने हिसाब न चलता तो कहते धन भाग भाई होर बड़े बड़े औरंगजेब तो कुछ भी नहीं यूरोप किडे किडे जुल्म होए ने तो भाई से हिटलर ही नहीं सठ सठ लख बंदा मारता चैंबर च पा के औरंगजेब ने कोई चैंबर से तो नहीं बंदा मारिया ये भी पक्की गल है हैं नाले आप कहें जी सवा मन जनेऊ ला के रोटी खाता से अक्सर कहें ना लो आप सवा मन जनेऊ जहाँ कर लें भी एक जनेऊ 10 ग्राम का हो सकता या 12 का एक तोला ला लो 7 धागे तोले के देते हैं कच्चे धागे ना मटा देिए तोले देते हैं तो 80 तोले हो एक सिर च तो सवा मन के किन्ने हो गए 50 सिर के किन्ने तोले हो गए 4000 ब्राह्मणा का जनेऊ ला के रोटी खाता से इन्हें तो ब्राह्मण नहीं इन्नी तो आबादी नहीं ब्राह्मण की रोज़ के 4000 जो रोज़ के 4000 तो महीने के 1,20,000 तो साल के 14,40,000 तो इतने जो 20 साल करता तो हिसाब ला लो गुणा उन्हें तो ब्राह्मण नहीं सी असी गुरुद्वारे अक्सर सुने ये अक्सर सुने असी निके होंदे ने हुण तां चलो आपां घट जाके पता लग गया भी झूठ ही मारते हैं ये उदो बाद आपका घर पढ़ लेंगे किड्डा वड्डा झूठ वो देश भी चला रहा सी आपदे देश दे और मुगल राज दा वादा भी कर रहा सी कुछ गल्लां सिंबॉलिक भी तो होंदी है सिंबॉलिक हो सकती है कुछ गल्लां सिंबॉलिक हो सिंबॉलिक होना कोई गुनाह नहीं शायर बंदा सवाल कर देंदे लोग भी गुरु नानक साहब 20 रुपए दा उदो 20 रुपए नहीं नहीं दी कीमत किंदी हो नहीं आए ना कुछ गल्लां सिंबॉलिक नहीं आए ना 20 रुपए आए ना भी उस वक्त 20 रुपए देते ये तो गुरु नानक नूं तां 550 भरा हो गया आप अपनी उम्र जो अपने को 20 रुपए होंदे सी अपना पैरां थले अपने पब थले मतलब पब नहीं लगती धरती से नहीं है पर सवा मन जो सवा मन की गिनती है वो सिंबॉलिक नहीं है वो जो पड़ताल की इतिहासक तौर पर हिंदू मैथोलॉजी तो हल्क चो ना लंघे लंघ ही नहीं सकती क्यों है ही मैथोलॉजी मैथोलॉजी का मतलब की है कि जी कदे वापरी नहीं तो सिर्फ मिथी है इतिहास तो मैथोलॉजी यही होंगे इतिहास वापरिया होंगे उन्होंने जिन्ना मर्जी तुम झूठ का पेश करो वो वेरीफिकेशन हो जाती है किसी ना किसी पॉइंट तो जड़ा मैथोलॉजी होंगी वापरी नहीं होंगी वो सिर्फ मिथी होंगी वो वेरीफिकेशन नहीं होंगी वो विश्लेषण हो नहीं सकता वो तुम अचंभे जरूर पा दी है अचंभा ठीक है बहुत शुक्रिया धन्यवाद समा दिता थोड़े को आए।